ਜਸਟੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜਿਹੜਾ ਵਿਵਾਦ ਜੁੜਿਆ ਹੋਇਆ, ਉਸ ਵਿਵਾਦ ਦਾ ਹੱਲ ਕਿਵੇਂ ਨਿਕਲੇਗਾ? ਵਿਵਾਦ ਦਾ ਹੱਲ ਸੰਵਾਦ ਨਾਲ ਨਿਕਲੇਗਾ, ਪਰ ਸੰਵਾਦ ਹੋ ਨਹੀਂ ਪਾ ਰਿਹਾ। ਸਬ ਕਮੇਟੀ ਅੱਗੇ ਪੇਸ਼ ਹੋਣਾ ਸੀਗਾ, ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਹਿਤਾ ਕਿ ਮੈਂ ਸਬ ਕਮੇਟੀ ਅੱਗੇ ਪੇਸ਼ ਨਹੀਂ ਹੋਵਾਂਗਾ, ਅਤੇ ਸਬ ਕਮੇਟੀ ਨੇ ਇੱਕ ਮਹੀਨੇ ਦਾ ਹੋਰ ਵਕਤ ਦਿੱਤਾ ਹੈਗਾ। ਪਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਇਸ ਦੇ ਪਿੱਛੇ ਉਹਨਾਂ ਨੂੰ ਕੋਈ ਸ਼ਹਿ ਦੇ ਰਿਹਾ ਤਾਂ ਜੋ ਮੈਨੂੰ ਝੁਕਾਇਆ ਜਾ ਸਕੇ, ਮੈਂ ਲੀਲੜੀਆਂ ਕੱਢ ਕੇ ਕਮੇਟੀ ਅੱਗੇ ਪੇਸ਼ ਹੋ ਜਾਵਾਂ। ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕਹੀਆਂ। ਬਿਆਨ ਉਹਨਾਂ ਕੀ ਦਿੱਤੇ ਉਹ ਵੀ ਤੁਹਾਨੂੰ ਸੁਣਾਵਾਂਗੇ। ਪਰ ਇਸ ਸਭ 'ਤੇ SGPC ਪ੍ਰਧਾਨ ਦਾ ਵੀ ਜਵਾਬ ਆਇਆ ਅਤੇ ਹੋਰ ਧਿਰਾਂ ਉਹਨਾਂ ਦਾ ਵੀ ਜਵਾਬ ਆਇਆ, ਪਰ ਸਭ ਤੋਂ ਅਹਿਮ ਜਿਹੜਾ ਜਵਾਬ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਾਂ ਦਾ। ਉਹਨਾਂ ਨੇ ਜਵਾਬ ਦੇ ਨਾਲ ਨਸੀਹਤ ਦਿੱਤੀ ਹੈ ਕਿ ਮਿਲਾਂਗੇ, ਬੈਠਾਂਗੇ ਤਾਂ ਹੀ ਕੋਈ ਗੱਲ ਹੋਵੇਗੀ। ਜੇ ਮਿਲ ਬੈਠ ਕੇ ਨਹੀਂ ਗੱਲ ਹੋਵੇਗੀ, ਸੰਵਾਦ ਕਿਵੇਂ ਹੋਏਗਾ, ਮਸਲੇ ਹੱਲ ਕਿਵੇਂ ਹੋਣਗੇ? ਪਰ ਸਵਾਲ ਇਹ ਹੈਗਾ ਕਿ ਕਿਹੜੀਆਂ ਧਿਰਾਂ ਨੂੰ ਇਹ ਜਥੇਦਾਰ ਸਾਹਿਬ ਵੱਲੋਂ ਸੁਨੇਹਾ ਦਿੱਤਾ ਜਾ ਰਿਹਾ, ਅਤੇ ਸਵਾਲ ਵੱਡਾ ਇੱਕੋ ਪੁੱਛਿਆ ਜਾਵੇਗਾ, ਜਥੇਦਾਰ ਦੀ ਕੌਣ ਕਿੰਨੀ ਮੰਨੇਗਾ? ਬਿਆਨਬਾਜੀ ਹੋ ਕੀ ਰਹੀ ਹੈ, ਪਹਿਲਾਂ ਉਹ ਸੁਣ ਲਈਏ। ਅਕਾਲ ਤਖ਼ਤ ਦਾ ਜਿਹੜਾ ਢਾਂਚਾ ਆ, ਇਹ ਜਿਹੜਾ ਪਿੰਡ ਹੈ ਗਦੜਿਆਣੀ, ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਪਿੰਡ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਪੱਗ ਕਿਹਦੇ ਕੋਲ ਹੈ? ਗੋਬਿੰਦ ਸਿੰਘ ਲੌਂਗੋਵਾਲ ਕੋਲ। ਗੋਬਿੰਦ ਸਿੰਘ ਲੌਂਗੋਵਾਲ ਕੌਣ ਹੈ? SGPC ਪ੍ਰਧਾਨ ਹੈ। ਉਹਨਾਂ ਨੇ ਇੱਥੇ ਟਰਾਈ ਵੀ ਕੀਤੀ ਸੀ ਵੀ ਇਹ ਦੀਵਾਨ ਰੱਦ ਹੋਣ, ਮੈਨੂੰ ਇਹ ਖਬਰ ਮਿਲੀ ਸੀ। ਅਤੇ ਮੇਰਾ ਮੰਨਣਾ ਇਹ ਹੈ ਵੀ ਇਹਦੇ ਪਿੱਛੇ ਵੀ ਜਿਹੜੇ ਉਹਨਾਂ ਨੇ ਵੇਖ ਲਿਆ ਵੀ ਜਥੇਦਾਰਾਂ ਤੱਕ ਆਇਆ ਨਹੀਂ, ਅਤੇ ਇੱਕ ਮਹੀਨੇ ਦਾ ਉੱਧਰੋਂ ਟਾਈਮ ਵਧਾ ਦਿੱਤਾ, ਅਤੇ ਉੱਧਰੋਂ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਵੀ ਹੱਲਾਸ਼ੇਰੀ ਦੇ ਕੇ ਰੌਲਾ ਰੱਪਾ ਪਾਓ, ਆਪਣੇ ਆਪ ਲਿਲਕੜੀਆਂ ਕੱਢਦਾ ਅਕਾਲ ਤਖ਼ਤ ਆਊਗਾ। ਮਸਲਾ ਇਹ, ਮੇਰਾ ਕੋਈ ਰੋਲ ਨਹੀਂ ਹੈ, ਨਾ ਮੈਂ ਕਿਸੇ ਪ੍ਰਸ਼ਾਸਨ ਨੂੰ ਉਹਦੇ ਨਾਲ ਕੋਈ ਗੱਲ ਕੀਤੀ ਹੈ, ਨਾ ਕਿਸੇ ਜਥੇਬੰਦੀ ਨਾਲ ਮੇਰੀ ਗੱਲ ਹੋਈ ਹੈ। ਮੈਂ ਸਮਝਦਾ ਅਜਿਹੇ ਗੁਰਸਿੱਖ ਨੂੰ ਇਸ ਤਰ੍ਹਾਂ ਦੇ ਝੂਠੇ ਜਿਹੜੇ ਬੇਬੁਨਿਆਦ ਆਰੋਪ ਨਹੀਂ ਲਾਉਣੇ ਚਾਹੀਦੇ। ਸੋ ਮੈਂ ਸਮਝਦਾ ਕਿ ਇਹ ਇਹਨਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਆਪਣਾ ਹੰਕਾਰ ਛੱਡ ਕੇ, ਔਰ ਇਹ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ ਜਾਂ ਵਿਦਵਾਨਾਂ ਦੀਆਂ ਜੋ ਉਹਨਾਂ ਨੇ ਡਿਊਟੀਆਂ ਲਾਈਆਂ ਨੇ, ਉਹਨਾਂ ਨਾਲ ਆਪਣੀ ਗੱਲ ਰੱਖਣ। ਜੇ ਸੱਚੇ ਨੇ ਤਾਂ ਉਹਨਾਂ ਸਾਹਮਣੇ ਰੱਖਣ ਕਿ ਮੈਂ ਆਹ ਸੱਚਾਂ ਜੀ, ਆਹ ਮੇਰੀਆਂ ਸਿੱਖ ਇਤਿਹਾਸਿਕ ਗੱਲਾਂ ਨੇ ਰੱਖਣ ਦੀ ਬਜਾਏ ਸਗੋਂ ਇਹ ਆਰੋਪ ਲਾਉਣੇ ਸ਼ੁਰੂ ਕਰ ਦਿੱਤੇ। ਮੈਂ ਸਮਝਦਾ ਇਹਨਾਂ ਨੂੰ ਇਹ ਗੱਲਾਂ ਸੋਭਦੀਆਂ ਨਹੀਂ ਇਸ ਗੁਰਸਿੱਖ ਨੂੰ। ਮੈਂ ਸਮਝਦਾ ਤੁਹਾਡਾ ਸਭ ਤੋਂ ਵੱਡਾ ਗੁਣਾ ਆ ਗੱਲਬਾਤ ਤੋਂ ਭੱਜਣਾ, ਗੱਲਬਾਤ ਨਾ ਕਰਨੀ। ਜਥੇਦਾਰ ਜਨਾਲਾ ਸਾਹਿਬ ਗਏ, ਪ੍ਰਸ਼ਾਸਨ ਨੇ ਕਿਹਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਗੱਲਬਾਤ ਦਾ ਸਮਾਂ ਰੱਖਤਾ, ਤੁਸੀਂ ਉਸ ਸਮੇਂ ਤੋਂ ਪਹਿਲਾਂ ਹੀ ਭੱਜ ਗਏ। ਤੁਸੀਂ ਗੱਲਬਾਤ, ਤੁਹਾਨੂੰ ਡਰ ਕਾਹਦਾ ਵਾ? ਜੇ ਤੁਸੀਂ ਤੁਹਾਡੇ ਕੋਲ, ਤੁਸੀਂ ਕਹਿੰਦੇ ਸਾਡੇ ਕੋਲ ਥਾਟ ਆ, ਤੁਹਾਡੇ ਕੋਲ ਵਿਚਾਰ ਆ, ਤੁਹਾਡੇ ਕੋਲ ਸਿਧਾਂਤ ਆ, ਗਿਆਨ ਆ, ਅਤੇ ਤੁਹਾਨੂੰ ਗੱਲਬਾਤ ਤੋਂ ਕਾਹਦੇ ਤੋਂ ਭੱਜ ਰਹੇ ਹਾਂ? ਗੁਰੂ ਸਾਹਿਬ ਨੇ ਤਾਂ ਨਾਨੂ ਪੰਡਿਤ ਵਰਗਿਆਂ ਨਾਲ ਜਾ ਕੇ ਚਰਚਾ ਕੀਤੀ। ਗੁਰੂ ਸਾਹਿਬ ਹਰਿਦੁਆਰ ਗਏ, ਕਾਂਸੀ, ਬਨਾਰਸ, ਚਾਹੇ ਗੜ੍ਹ, ਬਗਦਾਦ, ਮੁਲਤਾਨ, ਮੱਕਾ, ਮਦੀਨਾ ਜਾ ਕੇ ਵਿਚਾਰ ਚਰਚਾ ਕੀਤੀ ਗੁਰੂ ਸਾਹਿਬ ਨੇ। ਤੁਸੀਂ ਵਿਚਾਰ ਚਰਚਾ ਤੋਂ ਕਰਦੇ, ਇਹ ਕੋਈ ਵਿਚਾਰ ਚਰਚਾ ਨਹੀਂ ਵੀ ਕਮਰੇ 'ਚ ਬਹਿ ਕੇ ਵੀਡੀਓ ਬਣਾ ਕੇ ਪਾ ਦਿਓ ਜਾਂ ਸਟੇਜ ਦੇ ਉੱਤੇ ਬਹਿ ਕੇ ਆਪਣੀ ਗੱਲ ਕਹਿ ਦਿਓ, ਗੱਲਬਾਤ ਕਿਸੇ ਨਾਲ ਕਰ। ਇਸ ਤਰ੍ਹਾਂ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ। ਇਸ ਲਈ ਇੱਕ ਮਹੀਨੇ ਦਾ ਸਮਾਂ ਇਸ ਲਈ ਦਿੱਤਾ ਗਿਆ ਕਿ ਫਿਰ ਜੁੜ ਬੈਠੀਏ। ਇਹ ਨਾ ਕੋਈ ਕਵੇ ਕੱਲ੍ਹ ਨੂੰ ਵੀ ਮੈਨੂੰ ਤਾਂ ਮੌਕਾ ਹੀ ਨਹੀਂ ਦਿੱਤਾ, ਮੇਰੀ ਤਾਂ ਗੱਲ ਕਿਸੇ ਨੇ ਸੁਣੀ ਨਹੀਂ। ਅਸੀਂ ਸੁਣਨੀ ਵੀ ਚਾਹੁੰਦੇ ਅਤੇ ਸੁਣਾਉਣੀ ਵੀ ਚਾਹੁੰਦੇ ਹਾਂ। ਅਸੀਂ ਸ਼ੰਕੇ ਨਿਵਰਤ ਵੀ ਕਰਾਂਗੇ ਅਤੇ ਸਾਡੇ ਸ਼ੰਕਿਆਂ ਦੀ ਨਿਵਰਤੀ ਵੀ ਜ਼ਰੂਰ ਕਰਨੀ ਪਏਗੀ, ਪਰ ਇਹ ਮਿੱਤਰਤਾ ਦੇ, ਭਾਈ ਸਾਹਿਬਤਾ ਦੇ ਨਾਤੇ, ਨਾ ਕਿ ਕਿਸੇ ਵਿਰੋਧ ਭਾਵਨਾ ਦੇ ਨਾਤੇ। ਇਹ ਸਾਡੀ ਸਾਰਿਆਂ ਕਮੇਟੀ ਦੀ ਭਾਵਨਾ, ਕੋਆਰਡੀਨੇਟਰ ਦੀ ਵੀ ਇਹੋ ਭਾਵਨਾ, ਸਿੰਘ ਸਾਹਿਬਾਨ ਜੀ ਦੀ ਵੀ ਇਹੋ ਭਾਵਨਾ। ਦੇਖੋ, ਜਿਹੜੇ ਕੌਮੀ ਚਿੰਤਕ ਹੁੰਦੇ ਆ ਨਾ, ਜਿਨ੍ਹਾਂ ਦੇ ਮਨ ਦੇ ਵਿੱਚ ਕੌਮੀ ਦਰਦ ਹੁੰਦਾ, ਜੋ ਕਿ ਸਾਡੇ ਪੰਥਕ ਸੰਸਥਾ ਦੇ ਵਿੱਚ ਕਮੀ ਦੇਖਦੇ ਆ, ਅਤੇ ਉਹ ਸੁਝਾਅ ਦਿੰਦੇ ਆ ਅਤੇ ਨਾਲ ਸਹਿਯੋਗ ਵੀ ਦਿੰਦੇ ਆ, ਇਕੱਲੀ ਆਲੋਚਨਾ ਨਹੀਂ ਕਰਦੇ ਹੁੰਦੇ। ਇਸ ਕਰਕੇ ਮੈਂ ਸਮਝਦਾ ਕਿ ਇਕੱਲੀ ਆਲੋਚਨਾ ਕਰਨਾ ਹੀ ਕਾਫੀ ਨਹੀਂ ਹੈ। ਜੇ ਲੱਗਦਾ ਹੈ ਉਹਨਾਂ ਨੂੰ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਦੇ ਸਿਸਟਮ ਦੇ ਵਿੱਚ, ਪ੍ਰਬੰਧ ਦੇ ਸਿਸਟਮ ਦੇ ਵਿੱਚ ਕਮੀ ਹੋ ਸਕਦੀ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ 'ਚ ਕੋਈ ਕਮੀ ਨਹੀਂ ਹੈ। ਜੇ ਉਹਨਾਂ ਨੂੰ ਲੱਗਦਾ ਕਿ ਪ੍ਰਬੰਧ ਦੇ ਸਿਸਟਮ ਦੇ ਵਿੱਚ ਕੋਈ ਕਮੀ ਹੈ, ਤਾਂ ਉਹਨਾਂ ਨੂੰ ਸੁਝਾਅ ਅਤੇ ਸਹਿਯੋਗ ਦੇਣ ਵਾਸਤੇ ਅੱਗੇ ਆਉਣਾ ਚਾਹੀਦਾ। ਵੱਡਾ ਸਵਾਲ ਇਸ ਬਹਿਸ ਦੇ ਵਿੱਚ ਇੱਕੋ ਪੁੱਛਿਆ ਜਾਵੇਗਾ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਢੱਡਰੀਆਂ ਵਾਲੇ ਦੇ ਸਵਾਲਾਂ 'ਤੇ ਜਥੇਦਾਰ ਵੱਲੋਂ ਦਿੱਤੇ ਜਵਾਬ ਵਿੱਚ ਕਿਹੜਾ ਸੁਨੇਹਾ? ਇਸੇ ਸਵਾਲ 'ਤੇ ਅਸੀਂ ਚਰਚਾ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਚਾਚਾ ਮਨੋਜ ਸਿੰਘ ਜੀ ਸੀਨੀਅਰ ਜਰਨਲਿਸਟ ਨੇ, ਚਾਚਾ ਮਨੋਜ ਸਿੰਘ ਜੀ ਹਰਾਂ ਨੂੰ ਸਿੱਖ ਕੌਮ ਦੇ ਮਸਲਿਆਂ ਬਾਰੇ ਅਤੇ ਸਿੱਖ ਕੌਮ ਦੇ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈਗੀ ਹੈ, ਅਤੇ ਇਸ ਇਹਨਾਂ ਮਸਲਿਆਂ 'ਤੇ ਵਿਵਾਦ ਕਿਉਂ ਉੱਠਦੇ ਆ ਅਤੇ ਇਹਨਾਂ ਦਾ ਹੱਲ ਕਿਉਂ ਨਹੀਂ ਹੋ ਰਿਹਾ, ਇਸ ਬਾਰੇ ਵੀ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਸਲ ਵਿੱਚ ਪਿੱਛੇ ਕੀ ਚੱਲ ਰਿਹਾ ਹੈਗਾ। ਚਾਚਾ ਮਨੋਜ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਗੁਰਤੇਜ ਸਿੰਘ ਸਿੱਖ ਬੁੱਧੀਜੀਵੀ ਨੇ, ਸਾਬਕਾ IAS ਨੇ, ਗੁਰਤੇਜ ਸਿੰਘ ਹਰਾਂ ਦਾ ਬਹੁਤਾ ਸਮਾਂ ਜਿਹੜਾ ਉਹ ਇਹਨਾਂ ਪੰਥਕ ਹਲਕਿਆਂ ਵਿੱਚ ਗੁਜ਼ਰਦਾ,
तो इन्होंने बहुत सारिया किताबा भी लिखिया हुई तो इन्होंने समझने की कोशिश करा कि ये लिख बैठ के मिल बैठ के मसला हल होगा ज हल नहीं होगा ज इस मसले को हल कौन नहीं करना चाहता गा। गुरतेज सिंह समझने की कोशिश करें। गुरतेज सिंह थोड़ा बहुत स्वागत है। हरदीप सिंह जी, इन्हों के विचार है जेडे पंथक हल्कों में सुने जाते हैं मने जाते हैं तो सबका मैं मैंबर नहीं कहूँगा इन्हों क्योंकि आजाद तौर पर मैंबर है कि है सबका इसलिए मूँह निकल जाता क्योंकि अक्सर श्रोमणी कमेटी के नाल इतफाक नहीं रखते उन्होंने तो वक्त चलते हैं। इस करके हरदीप सिंह हर के विचार है जोड़े वो वक्त तौर पर सुनने लाजमी है कि इस करके इन्होंने सद्या। हरदीप सिंह जी थोड़ा बहुत स्वागत है। डॉक्टर खुशहाल सिंह केंद्रीय सिंह सभा की नुमाइंदगी करते हैं, इन्होंने समझने की कोशिश करा कि प्रचार के पढ़ाया जाता है प्रचार करने की दसया जाता है तो प्रचार किहोजा होना चाहिए तो जो मर्यादा की गल आती है सिख रहत मर्यादा का जिक्र आता है तो उदों मर्यादा के नाते वंडियां क्यों पाई जाती है ज वंडियां कोई पा रहा पिछे उस सब समझने की कोशिश करेंगे। डॉक्टर खुशहाल सिंह थोड़ा बहुत स्वागत है। इस चर्चा को शुरू करने तो पहला ये मंच ये अपील करता सारे कि बहुत ही सुधिरता नाल सारे चर्चावान इतने कीतिया जानी चाहिए है नाले ये मंच पंथ के फुट नहीं चाहता गा कौम के फुट नहीं चाहता गा उन्होंने जोड़े आपसी विचार है चर्चावान है उन्होंने विचाले पुल बनने की कोशिश में है इसलिए यह चर्चा असी कर रहे। चंचल मनोहर सिंह सब तो पहला सवाल तुम्हें करना चाहूँगा। चंचल मनोहर सिंह जी, सारे मसले के कितने किते ईगो है जी वो रुकावट बन रही है तुम्हें भी इं लगता या नहीं? ये जिहड़ियां तुसीं टेपां सुनाईयां वीडियो ये पहली गल तो मैं कहनी है भी जेडे एस जी बी सी के प्रधान है उन्होंने वालों जी शब्दावली जिस तरह गलबात की गई है उन्होंने रुतबे अनुकूल नहीं है। सानू धार्मिक शख्सियतों बड़ी सहज में गल करनी चाहिए है ना कि सानू किसी पुलिस अफसर वाकण बयान देने चाहिए तो जेडे ढांडियां वाले हैं इन्हों संवाद में जान ज हर्जा की है। डायलाग गुरु नानक देव जी ने एक दुनिया नू डायलाग का संकल्प दिता है संवाद का संकल्प दिता है 550 साल पहले और असी उस नू असी एज ए सिख जेडे अपने आप नू क्योंकि उन्हां च ईगो भी बड़ी है भी मैं मेरी फॉलोइंग बड़ी है संतां सारियां च ईगो बहुत हो जाती है क्योंकि मंड जेड़ा गुरबाणी च जपची साहब च उन्हूं वस विच रखण लई सानू उपदेश दिता गया। सो जे इस तरह दियां आपां बहसां करांगे भी मैं नहीं जाऊँगा मैं बाकी उत्थे वीडियो नहीं बननी चाहिए मैं इस तरह जिहड़ियां धार्मिक शख्सियतां बैठ के गलबात कर दियां वो खुले माहौल च होनी चाहिए है तो उते वीडियो भी नहीं बननी चाहिए। वीडियो की की लोड़ है? वीडियो नाल तुसी ये दसना चाहते हो भी कोई बंदा जिहड़ा इत्थे बयान दे गया बाहर जाके बयान ना बदले ये जिहड़े बयान बदलने इहदे होर बहुत तरीके हो सकते हैं वीडियो नहीं बननी चाहिए और उन्होंने ठीक है वो शांत वीडियो केड़ी तुसी कह रहे हो प्रचार करने वाले वीडियो नहीं नहीं जेड़ी अंदर जिथे अकाल तख्त ते मीटिंग होंदी है ना ओके उथे वीडियो नहीं बननी चाहिए। जदों तुसी किसी नू बुलाया उस नू सिख होण करके बुलाया दूजियां नू ते अकाल तख्त ते बुलाया ही नहीं जांदा तो तुहानू यानी कि पेशी नू प्रचारिया नहीं जाना चाहिए तुसी हां पेशी नू प्रचारिया भी नहीं जाना चाहिए तो इस तरह उहदा रिकॉर्ड जिहा बनाउण दी कोई लोड़ नहीं क्योंकि ये सारिया ही शख्सियतां अपने अपने तौर पर इन्हों की सिख जिहड़ी पंथ है उहदे च अपनी अपनी थां बणाई तुहानू सारिया धिरां विच ईगो लगदी पई है? नहीं मैनू मैं वैसे तो संतां दे हक च नहीं हैगा टू बी वेरी फ्रैंक तो मैं ईगो मैनू संत जिन्ना उन्हां जिस तरह उन्होंने कहा भी मैं उत्थे नहीं जाता मैं क्यों जावां मैनू ऐ जथेदार साहब बड़े निमर बोल रहे सी हालांकि जथेदार साहब दा रुतबा उत्थे जिन्ने व्यक्ति पेश किए गए सब तो उपर है सर्व उच्चतम है उन्हों का कुंडा रहना चाहिए अकाल तख्त से जेकर सिख कौम उपर अकाल तख्त का कुंडा नहीं रहेगा तो भावें अकाल तख्त किस वेले कमजोर होंगे कभी विवादा दे पर कुंडा सिख कौम से अकाल तख्त का रहना चाहिए वो निमर बोल रहे ठीक है बहुत फराक दिली नाले गल की है उन्हें जाना चाहिए संतान पेश होना ठीक है ढड्डियां वाले के हक में नहीं खड़े हो गए। सवाल गुरतेज सिंह जी तुहानू करना चाहूंगा। गुरतेज सिंह जी एक तो मैं रणजीत सिंह ढड्डियां वाले सवाल किया तो संत कहीए बाबा कहीए या भाई कहीए उन्होंने कहा मैनू भाई कहा जाना चाहिए ठीक है पहला तो आप इस गल क्लीयर करती अगे वधीए आ जी चिट्ठी है ये चिट्ठी लिखी जा रही बार बार इस चिट्ठी से ही सवाल चुकते पे रणजीत सिंह ढड्डियां वाला कि इन्हां पिछे कोई होर शह जी काम करती पई है जे शह काम करती भी पई है की है पर संवाद करने विच हर्ज की है। देखो गल ये है संवाद जिहड़ा हुंदा ना वो बराबर के लोगों च हुंदा वो किसी के
इस तरह की जो कोई अथॉरिटी अपनी असर्ट करके संवाद करे तो वह संवाद नहीं होंदा। हुण जे तो फर्ज करो जथेदार साहब काफ़ी समय तो ये हरप्रीत सिंह जी ठीक ठीक गल्लां करदे आ रहे हैं तो सारयां दे विच इन्हां दा प्रभाव अच्छा है, अच्छा असर पिया। जे तो ये अपने आप के उत्ते जथेदार होंदे, जे कौम के थापे जथेदार होंदे, या ये सारिया संस्थावां ने रल के सरबत खालसा ने बनाया होंदा तो इन्हां दे उत्ते इतबार करना बनदा सी। हुण असीं देखिया पिछले समयां दे विच ज्ञानी जोगिंदर सिंह वेदांती तो लैके तो होर बाकी सारे जो मर्जी जथेदार बनाए जाते हैं, जो मर्जी कढ़ते जाते हैं तो उन्हां दा कुंडा जथेदारां दा जथेदारां दे उत्ते सियासत दा कुंडा है, और उस सियासत दे उत्ते RSS दा कुंडा है। इसका सबूत यह है कि इन्होंने सारे निशान साहबान दे रंग बदलते, सारे सरोपियां दे रंग बदलते, और कई तरह के मैं इत्थे एग्जाम्पल कोट कर सकता जिदे विच इह उन्हां दी डिक्टेट नूं मन रहे ने। नहीं, इस मसले विच RSS नूं लैणा चाहीदा सानूं? देखो ये बिल्कुल है कि यह मसला है ही इस तरह का। हुण देखो तुसीं उहदे उत्ते गोलियां चला दियां एक बारी, फिर गोलियां चला के तुसीं कह रहे हो भी नहीं जी असीं निम्रता सहित, वो एक बंदे ने कविता पढ़ी सी एक बारी कि जी मैं निम्रता सहित मैं दस रहा कि असी सत्त दियां सत्त गोलियां कढ देंगे इन्हां दे ढिड विच दी, तो इस तरह दियां गल्लां ये तो फिर थ्रैट है। और दूसरी गल ये हैगी कि इस दे होर हल बड़े हन गे और उन्हां नूं उस नूं ट्राई करना चाहिए। ठीक है, किहड़े हल है? मैं चलो ब्रेक तो बाद पुछूंगा जरूर तुहानूं, एक छोटा ब्रेक लवेंगे, ब्रेक तो वापस आवेंगे। कि टड्डरियां वाले संवाद तो नहीं भज रहे? सवाल यह भी हैगा, सवाल यह भी हैगा कि हुण जिहड़ा गुरतेज सिंह हरां ने सवाल चुकिया हैगा कि टड्डरियां वाले दे बराबर किहड़े बंदियां नूं बिठाया जा रहा जिन्हां दे नाल उहनां दा संवाद होना चाहिए हैगा, सवाल इत्थे आ के भी रुकता हैगा। सवाल इन्हां ने एक संघ दा भी चुक दित्ता हैगा, इस मसले विच संघ ते सियासत नूं लाउणा चाहिए। सवाल यह भी हैगा संवाद होवेगा किवें, हल निकलेगा किवें, इत्थे आ के सवाल रुकदा। ब्रेक तो वापस आ के सारे सवाल होणगे जरूर। असीं कोशिश कर रहे हैं कि इत्थों जिहड़ी चर्चा जावे उस चर्चा ਨੂੰ ਸੁਣ ਕੇ ਸ਼ਾਇਦ ਇਹ ਧਿਰਾਂ ਦੇ ਮਨ ਵਿੱਚ ਕੋਈ ਇੱਛਾ ਜਾ ਕੇ ਕਿ ਅਸੀਂ ਮਿਲੀਏ ਬੈਠੀਏ ਗੱਲਬਾਤ ਹੋਵੇ। ਸਰਬੱਤ ਦੇ ਭਲੇ ਦੇ ਫਲਸਫੇ ਦਾ ਜਿਹੜਾ ਜ਼ਿਕਰ ਹੁੰਦਾ, ਭਾਈਚਾਰਕ ਸਾਂਝ ਦੀ ਜਿਹੜੀ ਗੱਲ ਇਹ ਸਿੱਖੀ ਫਲਸਫਾ ਕਰਦਾ ਹੈਗਾ, ਉਸ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ। ਪਰ ਜਦੋਂ ਸਵਾਲ ਪ੍ਰਚਾਰਕਾਂ ਅਤੇ ਜੋ ਪ੍ਰਚਾਰਕ ਹੀ ਵੰਡੇ ਜਾਣ ਤਾਂ ਫਿਰ ਉਹਨਾਂ ਨੂੰ ਸਮਝਾਓ ਕੌਣ? ਬਿਲਕੁਲ ਵਾਪਸ ਆ ਰਿਹਾ। ਸਵਾਲ ਇੱਕੋ ਪੁੱਛ ਰਿਹਾ, ਸਵਾਲ ਅਸੀਂ ਇਹ ਪੁੱਛ ਰਹੇ ਹਾਂ ਟੱਡਰੀਆਂ ਵਾਲੇ ਦੇ ਸਵਾਲਾਂ 'ਤੇ ਜਥੇਦਾਰ ਵੱਲੋਂ ਦਿੱਤੇ ਜਵਾਬ ਵਿੱਚ ਕਿਹੜਾ ਸੁਨੇਹਾ? ਹਰਦੀਪ ਸਿੰਘ ਜੀ, ਟੱਡਰੀਆਂ ਵਾਲੇ ਜਦੋਂ ਇਹ ਗੱਲ ਕਹਿੰਦੇ ਆਪਣਿਆਂ ਦੀ ਕੱਚ 'ਚ ਅਤੇ ਦੂਜਿਆਂ ਦੀ ਹੱਥ ਵਿੱਚ, ਇਸ ਸਵਾਲ ਨੂੰ ਜਥੇਦਾਰ ਸਾਹਿਬ ਨੇ ਐਡਰੈਸ ਕੀਤਾ? ਮੈਨੂੰ ਲੱਗਦਾ ਹੈ ਕਿ ਨਹੀਂ, ਔਰ ਪਰ ਜੇ ਗੱਲ ਕਹਾਂ ਨਾ ਕਿ ਇਹ ਸਿੱਖ ਕੌਮ ਦੀ ਦੁਬਿਧਾ ਹੈ, ਅੱਜ ਨਵੀਂ ਨਹੀਂ ਹੈ। ਇਤਿਹਾਸ ਵਿੱਚ ਵੀ ਇਸ ਦੇ ਹਵਾਲੇ ਬਣਦੇ ਹੈ ਕਿ ਡਿਫਰੈਂਟ ਇਸ਼ੂਜ਼ ਦੇ ਉੱਤੇ, ਡਿਫਰੈਂਟ ਆਸਪੈਕਟਸ ਦੇ ਉੱਤੇ, ਡਿਫਰੈਂਟ ਹਿਸਟੋਰੀਕਲ ਜਿਹੜੇ ਲਿਖਤਾਂ ਨੇ ਉਹਨਾਂ ਦੇ ਉੱਤੇ ਦੋ ਰਾਇਆਂ ਰਹੀਆਂ ਨੇ, ਔਰ ਕਿਸੇ ਨਾ ਕਿਸੇ ਤਰੀਕੇ ਨਾਲ ਕੌਮ ਇਕੱਠੀ ਹੋ ਕੇ ਫਿਰ ਤੁਰਦੀ ਰਹੀ ਹੈ। ਮੈਂ ਹੋਰ ਇੱਕ ਵੱਡੀ ਐਗਜ਼ਾਮਪਲ ਸਾਂਝੀ ਕਰਨੀ ਚਾਹਾਂਗਾ ਕਿ ਜੇ ਉਹ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੈ, ਉਹ ਮੈਂ ਕਹਾਂ ਇੱਕ ਐਸਾ ਕੰਪਰੋਮਾਈਜ਼ ਹੈ ਕਿ ਦੋਹਾਂ ਧਿਰਾਂ ਨੂੰ ਇਕੱਠੇ ਲੈ ਕੇ ਚੱਲਣ ਦੀ ਗੱਲ ਹੈ। ਇੱਕ ਧਿਰ ਜਿਹੜੀ ਹੈ ਉਹ ਰਹਿਤ ਜੋ ਉਹ ਇੱਕ ਧਿਰ ਜੋ ਹੈ ਉਹ ਰਾਗਮਾਲਾ ਨੂੰ ਮੰਨਦੀ ਹੈ, ਇੱਕ ਧਿਰ ਨਾ ਕਹਿੰਦੀ ਹੈ। ਮੈਂ ਥੋੜ੍ਹਾ ਐਡ ਆਨ ਕਰਦਾ, ਟੱਡਰੀਆਂ ਵਾਲੇ ਨੇ ਵੀ ਇਹੀ ਗੱਲ ਕਹੀ ਹੈ ਕਿ ਪ੍ਰਚਾਰਕਾਂ ਵਾਸਤੇ ਇੱਕ ਸਿਸਟਮ ਬਣਾ ਲਓ ਕਿ ਇਹੀ ਬੋਲਣਾ। ਹਾਂ, ਇੱਕ ਧਿਰ ਮੰਨਦੀ ਹੈ, ਇੱਕ ਉਸਦੇ ਵਿਰੋਧ ਦੀ ਗੱਲ ਕਰਦੀ ਹੈ, ਇੱਕ ਬਿਲਕੁਲ ਨਹੀਂ ਮੰਨਦੀ। ਹੁਣ ਜੇ ਜਾਂ ਹੋਰ ਬਹੁਤ ਸਾਰੀਆਂ ਇਸ਼ੂਜ਼ ਨੇ, ਮੈਂ ਉਹਦੀ ਤਫਸੀਲ ਵਿੱਚ ਨਾ ਵੀ ਜਾਵਾਂ, ਅਤੇ ਸਿੱਖ ਰਹਿਤ ਮਰਿਆਦਾ ਜੋ ਬਣੀ ਹੈ, ਮੈਂ ਇਉਂ ਕਹਿੰਦਾ ਕਿ ਦੋ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਸੀ। ਇਉਂ ਕਹਿ ਲਓ ਕਿ ਜਿਵੇਂ ਇੱਕ ਦਰਿਆ ਉਹਦੇ ਦੋ ਕੰਢੇ ਕਦੇ ਨਹੀਂ ਮਿਲ ਸਕਦੇ ਆਪਸ ਵਿੱਚ, ਫਿਰ ਵੀ ਉਹ ਦਰਿਆ ਇੱਕ ਵਹਾਓ ਬਣਦਾ ਹੈ। ਇਹ ਕੌਮ ਦੀ ਸਥਿਤੀ, ਉਹ ਸਾਡੇ ਬਜ਼ੁਰਗਾਂ ਦੀ ਸਿਆਣਪ ਦਾ ਨਤੀਜਾ ਆ, ਪਰ ਆਪੋ ਤਾਪੀ ਫਿਰ ਚੱਲਦੀ ਰਹੀ, ਇਕੱਠੇ ਕੀਤੇ ਗਏ, ਲੇਕਿਨ ਜੋ ਕੁਛ ਧਰਾਂ ਨੇ, ਕੁਛ ਸੰਪਰਦਾਵਾਂ ਨੇ, ਹੋਰਾਂ ਨੇ, ਉਹ ਆਪਣੇ ਹਿਸਾਬ ਨਾਲ ਚੱਲਦੇ ਰਹੇ, ਔਰ ਜਦੋਂ ਉਸ ਗੱਲ ਨੂੰ ਨਹੀਂ ਠੱਲ ਪਾਈ ਗਈ, ਰੋਕਿਆ ਨਹੀਂ ਗਿਆ, ਤਾਂ ਫਿਰ ਦੂਸਰੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਵੀ ਖੁੱਲ੍ਹੇਆਮ ਦੇਣੇ ਸ਼ੁਰੂ ਕਰ ਦਿੱਤੇ। ਅੱਜ ਜੋ ਸਮਾਂ ਆ ਗਿਆ ਉਹ ਹੈ ਸੋਸ਼ਲ ਮੀਡੀਆ ਦਾ, ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਬੰਦਾ ਆਪਦੇ ਵਿਊਜ਼ ਨੂੰ ਜਿਹੜਾ ਰੱਖਦਾ ਪਿਆ, ਔਰ ਜੇ ਇੱਕ ਜੇ ਅੱਜ ਕਹੀਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਰਕਿੰਗ, ਇਸ ਦੇ ਉੱਤੇ ਸਰਟਨਲੀ ਬਹੁਤ ਗੰਭੀਰ ਸਵਾਲ ਉੱਠਦੇ ਨੇ ਉਹਨਾਂ ਦੀ ਵਰਕਿੰਗ ਦੇ ਉੱਤੇ,
ਉਹਨਾਂ ਦੀ ਅਪਾਇੰਟਮੈਂਟਸ ਦੇ ਉੱਤੇ ਉਹਨਾਂ ਦੇ ਪਿੱਛੇ ਪੋਲੀਟੀਸ਼ੀਅਨਸ ਹੈ। ਹਰਦੀਪ ਸਿੰਘ ਜੀ, ਅਪਾਇੰਟਮੈਂਟ ਤੇ ਸਵਾਲ ਉੱਠਦੇ ਆ, ਵਰਕਿੰਗ ਸਟਾਈਲ ਤੇ ਸਵਾਲ ਉੱਠਦੇ ਆ, ਬਿਲਕੁਲ ਇਹੀ ਸਵਾਲ ਮਿਸਟਰ ਢੱਡਰੀਆਂ ਵਾਲਾ ਹਰਨ ਵੀ ਚੁੱਕੇ ਹੈਗੇ ਆ। ਨਹੀਂ ਮੈਂ ਮੈਂ ਥੋੜਾ ਸਵਾਲ ਮੇਰਾ ਲੈ ਲਓ ਤੁਸੀਂ ਨਾਲ, ਜੋ ਜੈਦਰ ਸਾਹਿਬ ਇਹ ਗੱਲ ਕਹਿਣ ਕਿ ਤੁਸੀਂ ਬਹਿ ਕੇ ਗੱਲ ਤਾਂ ਕਰੋ, ਸਿਸਟਮ ਵਿੱਚ ਕੋਈ ਖਾਮੀ ਹੈਗੀ ਸੁਝਾਅ ਤਾਂ ਦਿਓ ਆ ਕੇ, ਫਿਰ ਉਦੋਂ ਕੀ ਕਰਨਾ ਚਾਹੀਦਾ? ਦੇਖੋ ਮੇਰੇ ਮੁਤਾਬਿਕ ਯਾ ਤਾਂ ਹੋਵੇ ਨਾ ਕਿ ਵੀ ਜਿਨ੍ਹਾਂ ਇਸ਼ੂਜ਼ ਦੇ ਉੱਤੇ ਉਹਨਾਂ ਦੇ ਬਾਬਤ ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੂੰ ਇੱਕ ਸਾਈਡ ਕਰਕੇ ਇਸ ਦੀ ਵਰਕਿੰਗ ਦੇ ਉੱਤੇ, ਅਕਾਲ ਤਖ਼ਤ ਦੀ ਵਰਕਿੰਗ 'ਤੇ ਜਾਂ ਇਹ ਮਸਲੇ ਹੱਲ ਕਿਵੇਂ ਹੋਣੇ ਚਾਹੀਦੇ ਨੇ ਇਹਨਾਂ ਦੇ ਉੱਤੇ ਵਿਚਾਰ ਕਰਨ ਲਈ ਬੈਠ ਲਿਆ। ਡਾਇਰੈਕਟ ਮੀਟਿੰਗ ਹੋਵੇ ਜੈਦਰ ਸਾਹਿਬ ਤੇ? ਡਾਇਰੈਕਟ ਮੀਟਿੰਗ ਮਤਲਬ ਇਟ ਸ਼ੁੱਡ ਨਾਟ ਬੀ ਲਾਈਕ ਸਮਨਿੰਗ ਕਾਈਂਡ ਆਫ ਸਿਸਟਮ 'ਚ ਨਹੀਂ ਜਾਣਾ ਚਾਹੀਦਾ। ਉਹਦਾ ਰੀਜ਼ਨ ਇਹ ਆ ਕਿ ਵੀ ਡਿਫਰੈਂਸ ਆਫ ਓਪੀਨੀਅਨ ਜਿਹੜਾ ਹੈਗਾ, ਵੱਖ ਵੱਖ ਵਿਚਾਰ, ਮੈਂ ਇਹ ਕਹਾਂ ਕਿ ਟੂ ਡਿਫਰੈਂਟ ਸਕੂਲਸ ਆਫ ਥਾਟ ਰਾਈਟ ਫਰੋਮ ਬਿਗਨਿੰਗ ਚੱਲੇ ਆਉਂਦੇ ਪਏ ਨੇ। ਹੁਣ ਮੁਸੀਬਤ 'ਤੇ ਇੱਕ ਆਮ ਸਿੱਖ ਨੂੰ ਹੈ, ਮੇਰੇ ਵਰਗੇ ਸਧਾਰਨ ਸਿੱਖ ਨੂੰ ਹੈ, ਜਿਹੜਾ ਚਾਹੁੰਦਾ ਹੈ ਕਿ ਕੌਮ ਇਕੱਠੀ ਅੱਗੇ ਵਧੇ। ਮੈਨੂੂੰ ਸੌਖੇ ਸ਼ਬਦਾਂ ਨੂੰ ਸਮਝਾ ਦਿਓ, ਕਮੇਟੀ ਨੂੰ ਵਿੱਚੋਂ ਕੱਢ ਕੇ ਜਹੇਦਰ ਸਾਹਿਬ ਤੇ ਢੱਡਰੀਆਂ ਵਾਲੇ ਦੀ ਇਕੱਠੀ ਸਾਂਝੀ ਮੀਟਿੰਗ ਹੋ ਜਾਵੇ? ਨਹੀਂ, ਮੈਂ ਤਾਂ ਕਹਿੰਦਾ ਕਿ ਕੌਮ ਦੀ ਤੇ ਜਥੇਦਾਰ ਦੀ ਮੀਟਿੰਗ ਹੋ ਜਾਣੀ ਚਾਹੀਦੀ ਹੈ ਕਿ ਭਾਈ ਅਸੀਂ ਇਸ ਸਾਰੇ ਮਸਲੇ ਨੂੰ ਹੱਲ ਕਿਵੇਂ ਕਰੀਏ, ਇਸ ਦੀ ਵਿਉਂਤਬੰਦੀ ਕਿਵੇਂ ਹੋਵੇ, ਕਿਸ ਤਰੀਕੇ ਨਾਲ ਜਿਹੜੀਆਂ ਕੁਛ ਇਸ਼ੂਜ਼। ਕੌਮ ਤੋਂ ਭਾਵ ਤੁਸੀਂ ਕੀ ਸਮਝਦੇ? ਕੌਮ ਤੋਂ ਮੈਂ ਕਹਿੰਦਾ ਕਿ ਦੇਰ ਸ਼ੁੱਡ ਬੀ ਓਪਨ ਕਾਲ, ਸਭ ਦੇ ਵਿਊਜ਼ ਲਿੱਤੇ ਜਾਣੇ ਚਾਹੀਦੇ। ਜੇ ਤਾਂ ਹੁਣ ਵਰਕਿੰਗ 'ਤੇ ਉਹ ਪਹਿਲਾਂ ਕਹਿੰਦੇ ਨੇ ਤੇ ਵਰਕਿੰਗ ਬਾਰੇ ਕੌਮ ਦੇ ਵਿਊਜ਼ ਨੂੰ ਲੈ ਲਓ, ਫਿਰ ਉਸ ਨੂੰ ਐਡਰੈਸ ਕਰ ਲਓ। ਫਿਰ ਜਿਹੜੀਆਂ ਨੇ ਕੁਛ ਇੱਕ ਜਿਹੜੇ ਇਤਿਹਾਸਕ ਮਸਲੇ ਨੇ, ਇਤਿਹਾਸਕ ਮੁੱਦੇ ਨੇ, ਉਹਨਾਂ ਨੂੰ ਪਹਿਲਾਂ ਇੱਕ ਲਿਸਟ ਅਪ ਕਰ ਲਿੱਤਾ ਜਾਏ, ਉਹਦੇ ਉੱਤੇ ਸਾਰੀ ਕੌਮ ਜਿਹੜੀ ਹੈ ਸੰਵਾਦ ਕਰ ਲਵੇ, ਫਿਰ ਉਸ ਤੋਂ ਬਾਅਦ ਇੱਕ ਫੈਸਲਾ ਲੈ ਲਓ ਵੀ ਆਹ ਪ੍ਰਚਾਰਨਾ ਚਾਹੀਦਾ, ਆਹ ਨਹੀਂ ਪ੍ਰਚਾਰਨਾ ਚਾਹੀਦਾ, ਐਸਾ ਹੱਲ ਕੋਈ ਕਰਨਾ। ਡਾਕਟਰ ਖੁਸ਼ਹਾਲ ਸਿੰਘ, ਓਪਨ ਵਿਊਜ਼ ਲਿੱਤੇ ਜਾ ਸਕਦੇ, ਓਪਨ ਡਿਬੇਟ ਛੇੜੀ ਜਾ ਸਕਦੀ ਹੈ? ਬਿਲਕੁਲ ਹੀ ਛੇੜਨੀ ਚਾਹੀਦੀ ਹੈ, ਕਿਉਂਕਿ ਜਿਸ ਤਰ੍ਹਾਂ ਦਾ ਜੇ ਅੱਜ ਜਿਸ ਹਾਲਾਤ ਅੱਜ ਅਕਾਲ ਤਖ਼ਤ ਦਾ ਸਿਸਟਮ ਚਲਾ ਗਿਆ ਆ, ਉਹਦੇ ਵਾਸਤੇ ਕੋਈ ਬਾਹਰਲਾ ਜ਼ਿੰਮੇਵਾਰ ਘੱਟ ਹੈ, ਇਹ ਜਿਹੜੇ ਪੈਰ ਉੱਤੇ ਰਹੇ ਹੈ ਸੇਵਾਦਾਰ, ਇਹਨਾਂ ਦੇ ਕਾਰਨ ਹੀ ਅੱਜ ਕੱਲ੍ਹ ਅਕਾਲ ਤਖ਼ਤ ਸਾਹਿਬ ਦੀ ਕ੍ਰੈਡੀਬਿਲਟੀ ਇੰਨੀ ਲੋਅ ਆਈ ਹੈ। ਕਿਉਂਕਿ ਇਹ ਜਿਸ ਤਰ੍ਹਾਂ ਦੀ ਹੁਣ ਅੱਜ ਤੁਸੀਂ ਵਿਵਾਦ ਦੀ ਡਾਇਲੋਗ ਦੀ ਗੱਲ ਕਰਦੇ ਹੋ, ਉਹਨਾਂ ਲੋਕਾਂ ਨਾਲ ਕਿਸ ਤਰ੍ਹਾਂ ਡਾਇਲੋਗ ਹੋ ਸਕਦਾ ਜਿਹੜੇ ਪਹਿਲਾਂ ਹੀ ਕਹਿ ਰਹੇ ਕਿ ਬੋਰੀ 'ਚ ਪਾ ਕੇ ਕੁੱਟਣਾ ਆ, ਅਸੀਂ ਇਸ ਤਰ੍ਹਾਂ ਇਵੇਂ ਦੀਆਂ, ਅਤੇ ਇਹਨਾਂ ਸਾਰੇ ਨੂੰ ਜਿਹੜੇ ਕਮੇਟੀ ਮੈਂਬਰ ਆ ਉਹ ਹਵਾ ਦੇ ਰਹੇ ਆ। ਕਮੇਟੀ ਮੈਂਬਰ ਉਹ ਹੈ ਜਿਨ੍ਹਾਂ ਨੇ ਇਹਦੇ ਵਿੱਚ ਬਹੁਤੇ ਕਮੇਟੀ ਮੈਂਬਰ ਉਹ ਹੈ ਜਿਹੜੇ ਪ੍ਰੋ ਸ਼੍ਰੋਮਣੀ ਕਮੇਟੀ ਰਹੇ ਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ, ਅਤੇ ਉਹਨਾਂ ਮੈਂਬਰਾਂ ਦੇ ਸਾਹਮਣੇ ਮੈਨੂੰ ਲੱਗਦਾ ਕਿ ਜਹਦਰ ਸਾਹਿਬ ਨੂੰ ਪੇਸ਼ ਹੋਣਾ ਚਾਹੀਦਾ। ਹਾਂ, ਅਕਾਲ ਤਖ਼ਤ ਕੋਈ ਇਸ ਤਰ੍ਹਾਂ ਸਿਸਟਮ ਬਣਾਉਂਦੇ, ਢੱਡਰੇਵਾਲ ਨੂੰ ਨਹੀਂ ਪੇਸ਼ ਹੋਣਾ ਚਾਹੀਦਾ, ਕਿਉਂਕਿ ਉਹਨਾਂ ਜਿਹੜੇ ਮੈਂਬਰ ਉਹਨਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ, ਅਤੇ ਨਾ ਹੀ ਉਹਨਾਂ ਦੀ ਚੋਣ ਕਿਸੇ ਸਹੀ ਤਰੀਕੇ ਨਾਲ ਕੀਤੀ ਗਈ ਹੈ। ਜਥੇਦਾਰ ਸਾਹਿਬ ਨੇ ਕਿਵੇਂ ਚੋਣ ਕੀਤੀ ਹੈ, ਕਿਹੜੇ ਪ੍ਰੈਸ਼ਰ ਥੱਲੇ ਕੀਤੀ ਹੈ, ਇਹ ਤਾਂ ਮੈਂ ਇੱਦਾਂ ਹੋ ਸਕਦਾ ਢੱਡਰੀਆਂ ਵਾਲੇ ਆਪਦੇ ਕੋਲੋਂ ਕੁਝ ਬੰਦੇ ਨੁਮਾਇੰਦੇ ਲਿਖ ਕੇ ਭੇਜਣ ਵੀ ਮੇਰੇ ਆਹ ਨੁਮਾਇੰਦੇ ਹੋਣੇ ਚਾਹੀਦੇ, ਜੇ ਤਾਂ ਦੋਨਾਂ ਧਿਰਾਂ ਦੀ ਉਧਰੋਂ ਉਹ ਧਿਰਾਂ ਜਿਹੜੀ ਉਹ ਲਿਖ ਕੇ ਭੇਜ ਦੇਵੇ, ਫਿਰ ਜਥੇਦਾਰ ਸਾਹਿਬ ਉਸ 'ਤੇ ਫੈਸਲਾ ਕਰ ਲਏ, ਤਾਂ ਹੋ ਸਕਦਾ। ਸਾਲਸ ਤਾਂ ਪੰਚਾਇਤਾਂ 'ਚ ਇਵੇਂ ਹੁੰਦੇ ਆ, ਕੁਝ ਉੱਧਰ ਦੋਨਾਂ ਸਹਿਮਤੀ ਨਾਲ ਪਾਏ ਜਾਂਦੇ, ਭਾਵੇਂ ਦੋਨਾਂ ਧਿਰਾਂ ਦੇ ਨਾ ਹੋਣ ਪਰ ਸਹਿਮਤੀ ਜ਼ਰੂਰ ਹੋਣੀ ਚਾਹੀਦੀ ਸੀ। ਕਮੇਟੀ ਬਣਾਉਣ ਤੋਂ ਪਹਿਲਾਂ ਇਹ ਜਿਹੜੀ ਸਹਿਮਤੀ ਲੈਣੀ ਚਾਹੀਦੀ ਸੀ। ਚਜਮਨੋਰ ਸਿੰਘ ਜੀ, ਇਹ ਸਹਿਮਤੀ ਦੀ ਗੱਲ ਕਰਦੇ ਹੈਗੇ, ਸਹਿਮਤੀ ਤਾਂ ਹੋਣੀ ਚਾਹੀਦੀ ਹੈ ਨਾ, ਕਿਹੜੀ ਕਮੇਟੀ ਹੈ ਜਿਹੜੀ ਇਸ ਸੰਵਾਦ ਨੂੰ ਅੱਗੇ ਵਧਾ ਸਕਦੀ ਹੈ, ਅਤੇ ਸਹਿਮਤੀ ਬਣੂਗੀ ਕਿਵੇਂ? ਦੇਖੋ, ਜਿਹੜੀ ਖੁਸ਼ਹਾਲ ਸਿੰਘ ਹੋਰਾਂ ਨੇ ਗੱਲ ਕਹੀ ਹੈ ਇਹਦੇ ਵਿੱਚ ਵਜਨ ਹੈਗਾ। ਇੱਕ ਪਾਸੇ ਤਾਂ ਹੈਗਾ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਰੁਤਬਾ ਹੈ ਉਹ ਕਾਫੀ ਡੈਮੇਜ ਹੋ ਚੁੱਕਾ ਹੈ, ਫਿਰ ਇਹ ਅਕਾਲ ਤਖ਼ਤ ਦੇ ਜਥੇਸਾਰ ਸਾਹਿਬ ਐਕਟਿੰਗ ਜਥੇਦਾਰ ਹੈ, ਇਸ ਤਰ੍ਹਾਂ ਦੀ ਨਿਯੁਕਤੀ ਜਿਹੜੀ ਹੈ ਇਹ ਗੌਰਮੈਂਟ ਡਿਪਾਰਟਮੈਂਟਾਂ 'ਚ ਹੁੰਦੀ ਹੈ ਵੀ ਜਿਹਨੂੰ ਕੰਮ ਕਰਨਾ ਨਹੀਂ ਆਉਂਦਾ ਉਹਨੂੰ ਪਹਿਲੇ ਲਾ ਦਿਓ, ਉਹਦੀ ਫਿਰ 3 ਸਾਲ ਦਾ ਐਕਸਪੀਰੀਅੰਸ ਹੋ ਜਾਏਗਾ, ਅਖਬਾਰ 'ਚ ਐਡਵਰਟਾਈਜ਼ਮੈਂਟ ਦਿਓ ਅਤੇ 3 ਸਾਲ ਹੋਰ ਕਿਸੇ ਦਾ ਐਕਸਪੀਰੀਅੰਸ ਨਹੀਂ ਹੋਏਗਾ ਉਹਨੂੰ ਪੱਕਾ ਉਹਨੂੰ। ਹੁਣ ਇਹ ਕਮਜ਼ੋਰ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤਾ ਹੀ ਹੋਇਆ ਨਾ ਜਿਨ੍ਹਾਂ ਨੇ ਵੀ ਅਪੁਆਇੰਟ ਕੀਤਾ, ਫਿਰ ਹੁਣ ਜਿਹੜੀਆਂ ਇਹ ਗੱਲਾਂ ਰੇਜ਼ ਕਰ ਰਹੇ ਨੇ ਵੀ ਕਮੇਟੀ ਜਿਹੜੀ ਉਹਦੇ 'ਚ ਮੈਂਬਰ ਠੀਕ ਨਹੀਂ, ਜਦ ਅਕਾਲ ਤਖ਼ਤ ਦਾ ਜਥੇਦਾਰ ਹੀ ਕਮਜ਼ੋਰ ਹੈ ਅਤੇ ਉਹ ਜਿਹੜੀਆਂ ਕਮੇਟੀਆਂ ਲੋਕ ਬਣਾ ਕੇ ਭੇਜਣਗੇ, ਪੋਲੀਟੀਸ਼ੀਅਨ ਕਾਹਦੇ, ਮੈਂ ਨਾ ਹੀ ਲੈਣਾ। ਹੁਣ ਤੀਕਰ ਅਕਾਲ ਤਖ਼ਤ ਸਾਹਿਬ ਨੂੰ ਡੈਮੇਜ ਕਰਨ ਵਾਲਾ ਪ੍ਰਕਾਸ਼ ਸਿੰਘ ਬਾਦਲ ਹੈ, ਹੁਣ ਉਹਦੇ ਬਾਅਦ ਉਹਦਾ ਬੇਟਾ ਆ ਗਿਆ ਸੁਖਵੀਰ ਸਿੰਘ ਬਾਦਲ, ਉਹਨਾਂ ਦਾ ਸੁਖਵੀਰ ਸਿੰਘ ਬਾਦਲ ਦਾ ਤਾਂ ਸਿੱਖੀ ਨਾਲ ਕੋਈ ਸੰਬੰਧ ਹੀ ਨਹੀਂ, ਉਹਨੇ ਤਾਂ ਜਿਹੜੀ ਪਿੱਛੇ ਵੀਡੀਓ ਸਰਕੂਲਰਟ ਹੋਈ ਹੈ ਕਿ ਵੀ ਜਿਹੜਾ ਅਕਾਲ ਤਖ਼ਤ ਦਾ ਨੀਂਹ ਪੱਥਰ ਖਾਇਆ ਉਹ ਆਸੋ ਹੀ ਨਹੀਂ ਹੈ, ਉਹਦੀ ਘਰਵਾਲੀ ਨੂੰ ਵੀ ਸਿੱਖੀ ਦੀ ਕੋਈ ਸਮਝ ਨਹੀਂ, ਮਜੀਠੀਆ ਨੂੰ ਵੀ ਨਹੀਂ, ਹੁਣ ਸਿੱਖ ਕੌਮ ਉਹਨਾਂ ਦੇ ਹੱਥਾਂ 'ਚ ਆ ਗਈ ਹੈ, ਇੰਸਟੀਟਿਊਸ਼ਨ ਆ ਗਈਆਂ। ਪਰ ਮੈਂ ਫਿਰ ਵੀ ਇਹਨਾਂ ਸਾਰਿਆਂ ਗੱਲਾਂ ਨੂੰ ਮੱਦੇਨਜ਼ਰ ਰੱਖਣ ਦੇ ਬਾਅਦ ਮੈਂ ਥੋੜ੍ਹਾ ਜਿਹਾ ਇਹ ਕਹਿਣਾ ਕਿ ਵੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਮੈਂ ਇਕੱਲੇ ਆ ਕੇ ਗੱਲ ਕਰ ਲੈਂਦਾ ਤੁਹਾਡੇ ਨਾਲ, ਫਿਰ ਤੁਸੀਂ ਮੈਨੂੰ ਜਦੋਂ ਮੇਰੀਆਂ ਗੱਲਾਂ ਸੁਣ ਲਓ, ਜੇ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਤਾਂ ਫਿਰ ਤੁਸੀਂ ਜਿਹੜੀ ਕਮੇਟੀ ਬਣਾ
जितने असी उनकों अकाल तख्त का किसी तरह का हुक्म ना मनीए असी भी उन्ने ही जिम्मेवार हो जाने क्योंकि संस्था जी बचा किए हैं वो मैं समझा पोलिटिकल डिबेट में पासे रख के गल अगे वधा सकते हैं नहीं देखो इवें होंगे डिबेट तो जो असी उन्होंने सवाल ही रेज करते भी अकाल तख्त की नियुक्ति दूजिया चीजा से फिर जो मैं पूछोगे तो मैं फिर उस नियुक्ति दे प्रोसेस बारे कुछ ना कुछ कहना पेगा ना मैं भी इतने बैठा तो सिस्टम पॉलिटिकल सिस्टम पर मैं फिर भी कहना भी अकाल तख्त के जथेदार साहब न जो कोई उल्टे असं ये तो कह नहीं सकते भी वह भाई साहब सि एडा वा प्रचारक है तो वह सिख ही नहीं है उन्होंने कल बुला लेना चाहिए कमेटी को नहीं आते तो कमेटी उन्होंने कहो भी मेरे ना आके गल करो डायलाग तो होना चाहिए समस्यावान हूँ अकाल तख्त के जथेदार साहब इन गल करते हैं अकाल तख्त साहब ज ननकाणा साहब गए कोई भाषण ही नहीं दिता किसी ने दसिया ही नहीं भी गुरु नानक साहब की विचारधारा की वो जन्म स्थान से उत्थे लोग होटलों च ठहरे क्यों नहीं सराज सारे जथेदार साहब का फर्ज बनता है पूछना सारिया गलों का कोई कुछ पुछता तो है नहीं तो इस करके इन्ने मुद्दे कोई पूछे भी क्यों शिफ्ट की है विसाखी जिथे खालसे का जन्म होया आनंदपुर साहब तो असी सारा कुछ आप ही हिलाई जाने कोई बोलता नहीं जो कोई बोलता है उन्होंने कह देंगे ने सिख ही नहीं है अमृतधारी दीज आर सर्टन इशूज तुम इन्हों तो बाहर नहीं जा सकते जो खड़ा करता गुरतेज सिंह जी जो सवाल इन्होंने खड़ा किया है जथेदार साहब न सवाल कौन पूछ सकता जथेदार साहब न जो मर्जी सवाल पूछ सकता जथेदार कोई कौम का कोई मालिक नहीं वो वो तो वे सही तरीके चुनिया हो लीडर है नुमाइंदा है तो जोड़ा भी कोई खालसा पंथ का मैंबर है उसनों हर एक आदमी सवाल पूछ सकता अमृतधारी है वो बराबर के लोग हैं असी किसी नीवान तो उच्चा नहीं गिणते हूँ मसला यह है भी इसनों हल किवें किया जाए पहली गल तो यह है अज सवेरे मैनू एक सरदार सुखवंत सिंह इतों अमृतसर तो जेठूवाल उन्होंने टैलीफोन किया कहिंदे जी जे टड्डरियां वाले एक पांच मैंबरी कमेटी अपनी बना दें जिस तरह हुणे तुसीं सजेस्ट किया सीगा और दोनों कमेटियां आपस दे विच बैठ के जिस तरह इन्होंने चंचल मनोहर सिंह ने कहा है कि इन्हों का रिकॉर्डिंग नहीं होनी चाहिए मैं कहना रिकॉर्डिंग जरूर होनी चाहिए है असी मालक हाँ इस पंथ के जिहड़े आम लोग हाँ सानू आम लोगों नूं पता लगना चाहिए भी अंदर बैठ के इन्होंने की गल्लां कीतियां और वो पांच मैंबर ते इन्हां दे वो कहण भी थोड़े शंके हनगे असी जवाब दिंदे आ साडे भी शंके हनगे तुसी जवाब दिओ फिर तो अंदर बैठ के रिकॉर्डिंग लोड़ ही ना फिर तो ओपन रिकॉर्डिंग होनी चाहिए ओपन होनी चाहिए है हां फिर तो अंदर अंदर बैठ के रिकॉर्डिंग दा मतलब नहीं जाएगा अंदर दा मतलब ही नहीं इह सारा पब्लिक होना चाहिए हां क्योंकि पब्लिक नाल कंसर्नड है मेरे नाल कंसर्नड है सारे सिखां नाल सारी दुनिया दे उत्ते कंसर्नड है मैं जानना चाहुंदा वी गल की करदे ने पहला तो यह हो सकता है कि वह जिनी देर तक मसला रिजोल्व ना हो आपस मिलते रहन तो दोबारा दोबारा करते रहन लोगों को दसते रहन भी की गल हुई है जिहड़े होर भी इस दे तरीके हन गे होर की है कि देखो जी जे ये उन्हां दियां सारियां टेपां या जो भी इन्हां नूं कहिंदे ने अजकल जवाब दिते जा सकते हैं पर इन्होंने जिहड़ी गल कही है गुरतेज सिंह हरा ने कि लिखती तौर पर सब कुछ होना चाहिए डाकूमेंटेड होना चाहिए कि सवाल तुसीं उहदे विचों तैयार करो वो वीडियो देख के उस वीडियो तो बाद उन्हां सवालों के जवाब की आते हैं वो डिस्कशन का मुद्दा बन उस तो बाद चर्चा अगे वधे तो फिर सोचा जाए कि की होना अगे उसके सवालों के जवाब भी दिते जाण ठीक ठीक है उन्होंने सवालों के जवाब भी दिते हैं जिहड़े उन्होंने सवाल खड़े किए करने हैगे आ एक छोटा ब्रेक लवेंगे ब्रेक तो वापस आवेंगे ਅਸੀਂ ਇਹ ਪੁੱਛਣ ਟੱਡਰੀਆਂ ਵਾਲੇ ਦੇ ਸਵਾਲਾਂ 'ਤੇ ਜਥੇਦਾਰ ਵੱਲੋਂ ਦਿੱਤੇ ਜਵਾਬ ਵਿੱਚ ਕਿਹੜਾ ਸੁਨੇਹਾ ਲੁਕਿਆ ਹੋਇਆ ਗੁਰਤੇਜ ਸਿੰਘ ਤੁਸੀਂ ਆਪਣੀ ਗੱਲ ਵੀ ਪੂਰੀ ਕਰ ਲਓ ਡਾਕਟਰ ਢਿੱਲੋਂ ਇਸ ਤੋਂ ਪਹਿਲਾਂ ਇਸ ਡਿਬੇਟ ਵਿੱਚ ਸ਼ਾਮਿਲ ਸੀਗੇ ਅਸੀਂ ਉਸੇ ਡਿਬੇਟ ਨੂੰ ਉਸੇ ਕੰਟੈਕਸਟ ਨੂੰ ਅੱਗੇ ਵਧਾ ਰਹੇ ਹਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜਾ ਟੱਡਰੀਆਂ ਵਾਲੇ ਹਰੀ ਪ੍ਰਚਾਰ ਕਰਦੇ ਆ ਉਹ ਡਾਕੂਮੈਂਟਡ ਹੋਣਾ ਚਾਹੀਦਾ ਲਿਖਤੀ ਤੌਰ 'ਤੇ ਉਹਨੂੰ ਤਿਆਰ ਕਰ ਲੈਣਾ ਚਾਹੀਦਾ ਉਹਨਾਂ ਨੇ ਇਹ ਸੁਝਾਅ ਦਿੱਤਾ ਸੀਗਾ ਤੁਸੀਂ ਕਹਿ ਰਹੇ ਹੋ ਕਿ ਉਸ ਵੀਡੀਓ ਤੋਂ
श्रोमणी कमेटी जां अकाल तख्त जथेदार वालों बनाई कमेटी सवाल तैयार करे करे। बिल्कुल ठीक है, क्योंकि पब्लिक प्रॉपर्टी है, पब्लिक दे विच ओह चलदे ने, सारी दुनिया जानदी है कि उन्हां दे विचार की है, तो उन्होंने विचारां दे उत्ते जिहड़े इन्हां दे सवाल बनदे नूं सवाल लिख लैण और सवाल उन्हां नूं वीडियो राहीं या जिस तरह भी हो सकता है उन्हां नूं भेज देण, उस तरह ही उन्हां दा जवाब प्राप्त कर लैण और सारी दुनिया नूं दस्सण कि आह उहदा जवाब आया, आह असीं क्या पुछिया सीगा, फिर जिहड़े उन्हां ने सवाल करने ने उन्होंने जवाब देने। तो उन्होंने वालों तो पहला सवाल ही चुकया जाएगा कि दमदमी टकसाल कि मर्यादा तय चलती है, दमदमी टकसाल ठीक है, जवाब देना बनता है, सवाल पूछा जाएगा, जवाब देना बनता है, जवाब देना बनता है। हाँ, क्योंकि जो मर्यादा एक अकाल तख्त साहब तो प्रचलित की जा रही है तो सारे सिखा मरना चाहिए, तो ऐसा केड़ा सिख है जो लगता है कि सवाल जवाब ना टकराव घट जूगा। बिल्कुल बिल्कुल हरदीप सिंह, असीं भी तो बैठे हैं ना लोग जो आम आदमी हाँ। हरदीप सिंह जी, ਤੁਸੀਂ ਇਸ ਸੁਝਾਅ ਦੇ ਨਾਲ ਇਤਫਾਕ ਰੱਖਦੇ ਹੋ? ਬਿਲਕੁਲ, ਇਸ ਤਰ੍ਹਾਂ ਹੀ ਕੁਛ ਹੋਣਾ ਚਾਹੀਦਾ ਹੈ ਔਰ ਮੈਂ ਇਸ ਦੇ ਨਾਲ ਇਸ ਗੱਲ ਤੋਂ ਤਾਂ ਬਹੁਤਾ ਮੈਂ ਆਸਵੰਦ ਨਹੀਂ ਕਿ ਇਸ ਨਾਲ ਟਕਰਾਅ ਘਟੇਗਾ, ਵਿਚਾਰ ਵੱਖਰੇ ਹਨ ਪਰ ਇੱਕ ਆਮ ਸਿੱਖ ਨੂੰ ਦੇਖੋ ਦੋ ਧਿਰਾਂ ਆਪਦੀ ਗੱਲ ਕਹਿੰਦੀਆਂ ਪਈਆਂ ਨੇ, ਆਮ ਸਿੱਖ ਨੂੰ ਅਵੇਕਨ ਹੋਣ ਲਈ ਉਹਨੂੰ ਜਾਣਕਾਰੀ ਮਿਲਣ ਲਈ ਉਹਨੂੰ ਪਤਾ ਲੱਗੇ ਦੋਵੇਂ ਪੱਖ ਕੀ ਨੇ, ਦੋਨੋਂ ਪੱਖਾਂ ਦੀ ਗੱਲ ਉਹ ਸੰਗਤ ਤੱਕ ਪਹੁੰਚੇ। ਇਹ ਨਹੀਂ ਕਦੇ ਵੀ ਹੋ ਸਕਦਾ ਕਿ ਇੱਕ ਕਹੇ ਕਿ ਮੈਂ ਆਪਦੀ ਗੱਲ ਕਹਿਣੀ ਹੈ ਦੂਸਰੇ ਨੂੰ ਕਹਿਣ ਨਹੀਂ ਦੇਣੀ। ਹਰਦੀਪ ਸਿੰਘ ਜੀ ਠੀਕ ਹੈ ਤੁਹਾਡੀ ਗੱਲ ਹਰਦੀਪ ਸਿੰਘ ਜੀ, ਪਰ ਹੁਣ ਫੈਸਲਾ ਇਹ ਕੀਤਾ ਜਾ ਰਿਹਾ ਕਿ ਜਿੱਧਰ ਫੋਲੋਅਰ ਜ਼ਿਆਦਾ ਹੈਗੇ ਜਿੱਧਰ ਸੰਗਤ ਜ਼ਿਆਦਾ ਹੈਗੀ ਹੈ ਫੈਸਲਾ ਉਹਦੇ ਹੱਕ ਵਿੱਚ ਖੜਾ ਨਹੀਂ। ਦੇਖੋ ਗੁਰਮਤ, ਮੈਂ ਇਸ ਚੀਜ਼ ਨੂੰ ਸਮਝਣਾ ਚਾਹੁੰਦਾ ਉਸ ਨੂੰ ਅਸੀਂ ਫੈਸਲਾ ਕਿਵੇਂ ਮੰਨ ਲਈਏ? ਗੁਰਮਤ ਦਾ ਸਿਧਾਂਤ ਜਿਹੜਾ ਹੈਗਾ ਉਹ ਗੁਣਾਂ 'ਤੇ ਆਧਾਰਿਤ ਹੈਗਾ, ਸਿਧਾਂਤ 'ਤੇ ਆਧਾਰਿਤ ਹੈ, ਗਿਣਤੀ 'ਤੇ ਆਧਾਰਿਤ ਨਹੀਂ ਕਦੇ ਵੀ ਹੋ ਸਕਦਾ। ਇੱਕ ਨੰਬਰ ਦੋ ਗੱਲ ਹੈਗੀ ਹੈ, ਜਿਸ ਤਰੀਕੇ ਨਾਲ ਭਾਈ ਰਣਜੀਤ ਸਿੰਘ ਦੀ ਮੈਂ ਇੱਕ ਵੀਡੀਓ ਸੁਣੀ ਸੀ ਉਸ ਵਿੱਚ ਉਹ ਕਹਿੰਦੇ ਨੇ ਕਿ ਵੀ ਜੇ ਹੈ ਨੇ ਇਤਿਹਾਸਕ ਹਵਾਲਿਆਂ ਦੇ ਵਿੱਚ ਜਦੋਂ ਗੱਲ ਕੀਤੀ ਜਾਵੇ, ਚਰਚਾ ਕੀਤੀ ਜਾਵੇ ਜਾਂ ਅਕਾਲ ਤਖ਼ਤ ਸਾਹਿਬ ਜਾਂ ਦੂਸਰੀ ਧਿਰਾਂ ਨੇ ਜਿਹੜੀਆਂ ਉਹ ਕਹਿੰਦੀਆਂ ਹਾਂ ਜੀ ਕੁਛ ਰਲਾ ਹੈ, ਉਹ ਕਹਿੰਦੇ ਵੀ ਫਿਰ ਵੀ ਤੁਸੀਂ ਇਹੀ ਕਰਦੇ ਹੋ ਕਿ ਰਲਾ ਕਿਹੜੀ ਕਿਹੜੀ ਚੀਜ਼ਾਂ 'ਚ ਉਸੇ ਦੀ ਲਿਸਟ ਬਣਾ ਲਓ ਸੋ ਦੈਟ ਉਹਨਾਂ ਦੇ ਉੱਤੇ ਕੋਈ ਡਿਸਕਸ਼ਨ ਹੋ ਕੇ ਕੋਈ ਹੱਲ ਹੋ ਜੇ ਅਤੇ ਪ੍ਰਚਾਰਕ ਸਾਰੇ ਇੱਕ ਗੱਲ ਕਰ ਸਕਣ। ਕੁਝ ਤਾਂ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਸਮਝਦੀ ਹੈ ਕਿ ਉਹ ਜਮਾਤ ਹੈ ਕੌਮ ਨੂੰ ਇੱਕ ਸੇਧ ਦੇਣ ਦੇ ਲਈ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹਨਾਂ ਵੱਲੋਂ ਅਪੁਆਇੰਟਿਡ ਬੈਠੇ ਲੋਕ ਸਮਝਦੇ ਨੇ ਕਿ ਅਸੀਂ ਹੀ ਕੌਮ ਨੂੰ ਸੇਧ ਦੇਣੀ ਹੈ, ਫਿਰ ਇਹ ਫਰਜ਼ ਵੀ ਬਣਦਾ, ਇਹ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਉੱਤੇ ਡਿਫਰੈਂਸਿਸ ਨੇ ਉਹਦੇ 'ਚ ਉਹਨਾਂ ਬਾਰੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਦੇ ਅਨੁਸਾਰ ਹੀ ਕੋਈ ਨਾ ਕੋਈ ਫੈਸਲੇ ਲੈਣੇ ਚਾਹੀਦੇ ਤਾਂ ਜੋ ਦੁਬਿਧਾ ਦੂਰ ਹੋਵੇ। ਸਰਦੀਪ ਸਿੰਘ ਜੀ, ਪ੍ਰਚਾਰਕ ਹੀ ਇੱਕ ਮਤ ਨਹੀਂ ਹੈਗੇ, ਮੈਂ ਇਹੋ ਬੇਨਤੀ ਕਰਦਾ ਕਿ ਮੈਂ ਥੋੜ੍ਹਾ ਜਿਹਾ ਪਿੱਛੇ ਵੀ ਲਿਜਾਣਾ ਚਾਹੂੰਗਾ ਤੁਹਾਨੂੰ। ਜਦੋਂ ਬਰਗਾੜੀ ਕਾਂਡ ਹੁੰਦਾ, ਕੋਟਪੁਰਾ ਗੋਲੀ ਕਾਂਡ ਹੁੰਦਾ, ਬਹਿਬਲ ਕਲਾ ਗੋਲੀ ਕਾਂਡ ਹੁੰਦਾ, ਉਦੋਂ ਪ੍ਰਚਾਰਕ ਲੱਗਦਾ ਸੀ ਕਿ ਇਕੱਠੇ ਹੋਣ ਦੀ ਕੋਸ਼ਿਸ਼ ਵਿੱਚ ਹੈ, ਪਰ ਉਦੋਂ ਵੀ ਪ੍ਰਚਾਰਕ ਵੰਡੇ ਗਏ ਤੇ ਹੁਣ ਵੀ ਤੁਸੀਂ ਸੁਣ ਲਿਆ ਪ੍ਰਚਾਰਕ ਹੁਣ ਵੀ ਵੰਡੇ ਨਜ਼ਰ ਆ ਰਿਹਾ। ਦੇਖੋ ਪ੍ਰਚਾਰਕ ਵੰਡੇ ਵਾਲੀ ਗੱਲ ਨਹੀਂ, ਇੱਕ ਸੈਕਿੰਡ ਇਸ ਤਰ੍ਹਾਂ ਹੈ ਕਿ ਮੈਂ ਜਿੱਦਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਇਹ ਮੁੱਢ ਤੋਂ ਜਿਹੜਾ ਹੈ ਟੂ ਡਿਫਰੈਂਟ ਸਕੂਲਸ ਆਫ ਥਾਟ ਨੇ। ਇੱਕ ਜਿਹੜੀ ਥਾਟ ਹੈਗੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਹੈ, ਇੱਕ ਜਿਹੜੀ ਥਾਟ ਹੈਗੀ ਹੈ ਜਿਹਦੇ 'ਚ ਮੁੱਢ ਤੋਂ ਮਿਲਾਵਟ ਚੱਲੀ ਆਉਣ ਲੱਗੀ ਔਰ ਦੋ ਵੱਖਰੇ ਵਿਊਜ਼ ਬਣ ਗਏ। ਥੋੜ੍ਹਾ ਥੋੜ੍ਹਾ ਕਲੀਅਰ ਕਰ ਦਿਓ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਕੌਣ ਫੋਲੋ ਕਰਦਾ ਪਿਆ? ਭਾਈ ਲਹਿਣਾ ਜੀ ਨੇ ਆਪਣਾ, ਗੁਰੂ ਅੰਗਦ ਦੇਵ ਜੀ ਨੇ ਕੀਤਾ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ, ਔਰ ਜਿਹੜੀ ਦੂਜੇ ਬੰਨੇ ਗੱਲ ਕੀਤੀ ਜਾਂਦੀ ਹੈ ਉੱਥੇ ਜਿਹੜਾ ਹੈਗਾ ਅੱਜ ਦੀ ਤਰੀਕ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਕਿਹੜੇ ਸਿਧਾਂਤ ਨੂੰ ਫੋਲੋ ਕਰਦੇ? ਮੈਂ ਕਹਿ ਰਿਹਾ ਕਿ ਦਮਦਮੀ ਟਕਸਾਲ ਜਾਂ ਹੋਰ ਜਿਹੜੇ ਗਰੁੱਪ ਹੈਗੇ, ਮੈਂ ਕਿਸੇ ਸਪੈਸੀਫਿਕ ਗਰੁੱਪ ਗਰੁੱਪ ਜਾਂ ਧੜੇ ਦੇ ਨਾਲ ਨਹੀਂ, ਮੈਂ ਤਾਂ ਕਹਾਂ ਕਿ ਕਾਮਨ ਸਿੱਖ ਦੇ ਨਾਤੇ ਗੱਲ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਕੀ ਕਹਿੰਦੇ ਆ, ਇਤਿਹਾਸ ਦੇ ਵਿੱਚ ਜਿਹੜੀ ਗੱਲਾਂ ਨੇ ਉਹ ਗੁਰਮਤ ਦੀ ਕਸਵੱਟੀ ਤੇ ਕਿੱਦਾਂ ਖੜੀਆਂ ਉਤਰਦੀਆਂ, ਇਹਨਾਂ ਬਾਰੇ ਜ਼ਰੂਰ ਚਰਚਾ। ਡਾਕਟਰ ਵਿਸ਼ਾਲ ਸਿੰਘ, ਸਿਧਾਂਤਕ ਤੌਰ ਤੇ ਤੁਹਾਨੂੰ ਕਿਹੜੀ ਧਿਰ ਹੈ ਜਿਹੜੀ ਉਹ ਲੱਗਦੀ ਪਈ ਹੈ ਕਿ ਉਹ ਸਿਧਾਂਤਕ ਤੌਰ ਤੇ ਟੁੱਟੀ ਨਜ਼ਰ ਆ ਰਹੀ ਹੈ? ਦੇਖੋ ਜੀ, ਕਲੀਅਰ ਕਰ ਸਕਦੇ ਹੋ ਕਿ ਨਹੀਂ ਬੋਲ ਸਕਦੇ? ਬਿਲਕੁਲ, ਬਸ ਸਾਡੇ ਕੋਲ ਇੱਕ ਬਹੁਤ ਵੱਡਾ ਇੰਸਟਰੂਮੈਂਟ ਹੈ ਜਿਹੜਾ ਲਾ ਕੇ ਅਸੀਂ ਦੇਖ ਸਕਦੇ ਹਾਂ। ਪੰਥ ਨੇ ਬਹੁਤ ਮਿਹਨਤ ਕਰਕੇ ਅਕਾਲ ਤਖ਼ਤ ਤੋਂ ਇੱਕ ਰਹਿਤ ਮਰਿਆਦਾ ਬਣਾਈ ਹੈ, ਜਿਹੜੀ ਅਕਾਲ ਤਖ਼ਤ ਅਸਲ 'ਚ ਰਹਿਤ ਮਰਿਆਦਾ ਹੀ ਅਕਾਲ ਤਖ਼ਤ ਹੈ। ਉਹ ਰਹਿਤ ਮਰਿਆਦਾ ਨੂੰ ਜਿਹੜੇ ਲੋਕ ਅੱਜ ਢੱਡਰੀਆਂ ਵਾਲੇ ਬਾਰੇ ਦੇ ਦੀਵਾਨ ਬੰਦ ਕਰਾਉਣ ਜਾ ਰਹੇ ਆ ਜਾਂ ਉੱਥੇ ਓਬਜੈਕਸ਼ਨ ਕਰਦੇ ਆ, ਉਹਨਾਂ ਨੇ ਕਦੀ ਵੀ ਸਵੀਕਾਰ ਨਹੀਂ ਕੀਤਾ ਅਤੇ ਲਗਾਤਾਰ ਚੈਲੰਜ ਕਰਦੇ ਆ ਰਹੇ ਆ। ਉਹ ਓਪਨਲੀ ਕਹਿੰਦੇ ਕਿ ਅਸੀਂ ਰਹਿਤ ਮਰਿਆਦਾ ਨਹੀਂ ਮੰਨਦੇ ਅਕਾਲ ਤਖ਼ਤ ਦੀ, ਔਰ ਉਹ ਜਿਹੜਾ ਜਥੇਦਾਰ ਨੇ ਜਿਹੜੀ ਕਮੇਟੀ ਬਣਾਈ ਹੈ ਉਹਨਾਂ 'ਚੋਂ ਜ਼ਿਆਦਾ ਬੰਦੇ ਉਹ ਨੇ ਜਿਹੜੇ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲਿਆਂ ਦੀ ਪ੍ਰਤੀਨਿਧਤਾ ਕਰਦੇ ਆ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਸਕੂਲ ਆਫ ਥੋਟ ਦੀ ਗੱਲ ਭਾਈ ਹਰਦੀਪ ਸਿੰਘ ਜੀ ਨੇ ਕੀਤੀ ਹੈ, ਉਹ ਸਕੂਲ ਆਫ ਥੋਟ
ਜਿਹੜਾ ਹੈ ਇੱਕ ਨਿਰਮਲਿਆਂ ਅਤੇ ਉਦਾਸੀਆਂ ਰਾਹੀਂ ਆਇਆ ਜਿਹਦੇ ਵਿੱਚ ਰਲਾ ਪਿਆ ਹੋਇਆ। ਦੂਜਾ ਜਿਹੜੇ ਲੋਕਾਂ ਨੇ ਖੂਨ ਡੋਲ ਕੇ ਗੁਰਦੁਆਰਾ ਸੁਧਾਰ ਮੂਵਮੈਂਟ ਚਲਾਈ, ਅਕਾਲੀ ਲਹਿਰ ਚਲਾਈ, ਸ਼ਹੀਦੀਆਂ ਦਿੱਤੀਆਂ, ਇੱਥੋਂ ਤੱਕ ਲੈ ਕੇ ਗਏ ਅਤੇ ਉਹਨਾਂ ਨੇ ਇੱਕ ਵਿਚਾਰਧਾਰਾ ਸਕੂਲ ਤੋਂ ਉੱਥੇ ਸਿੰਘ ਸਭਾ ਬਣਾਈ ਸੀਗੀ ਸਿੰਘ ਸਭਾ ਲਹਿਰ ਤੋਂ ਬਾਅਦ, ਉਹਦੇ ਹੀ ਪ੍ਰਤੀਨਿਧਤਾ ਦੇ ਵਿੱਚ ਮੈਂ ਕਹਿੰਦਾ ਕਮੀਆਂ ਨੇ ਰਣਜੀਤ ਸਿੰਘ 'ਤੇ ਕਮੀਆਂ ਹੋ ਸਕਦੀਆਂ ਨੇ, ਲੇਕਿਨ ਜਿਸ ਸਕੂਲ ਆਫ ਥੋਟ ਨੂੰ ਫਾਲੋ ਕਰ ਰਿਹਾ ਆ, ਜਿੱਧਰ ਉਹ ਜਾ ਰਿਹਾ, ਉਹ ਨੇੜੇ ਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ। ਅਤੇ ਜਿਹੜੇ ਬੰਦੇ ਡੇਰਾਵਾਦੀ ਕਰ ਰਹੇ, ਅਸੀਂ ਸੁਣਿਆ ਹੁਣੇ ਦਾਦੂਵਾਲ ਸਾਹਿਬ ਬੋਲ ਰਹੇ ਸੀ ਜਾਂ ਅਜਨਾਲਾ ਸਾਹਿਬ ਬੋਲ ਰਹੇ ਆ, ਉਹ ਸ਼ਰੇਆਮ ਡੇਰਾਵਾਦ ਦੇ ਪੁਜਾਰੀ ਆ। ਜੇ ਤੁਸੀਂ ਉਹਨਾਂ ਦਾ ਜ਼ਿਕਰ ਕਰ ਰਹੇ ਹੋ, ਮੇਰਾ ਇੱਕ ਸਵਾਲ ਵੀ ਲੈ ਲਓ। ਦਾਦੂਵਾਲ ਸਾਹਿਬ ਨੂੰ ਤੁਸੀਂ ਵੈਸੇ ਸਾਰੇ ਮਤਵਾਜੀ ਜਥੇਦਾਰ ਕਹਿੰਦੇ ਹੋ ਪਏ ਹੋ, ਪਰ ਇੱਥੇ ਉਹ ਕਹਿ ਰਹੇ ਆ ਕਿ ਸਬ ਕਮੇਟੀ ਅੱਗੇ ਪੇਸ਼ ਹੋ ਜਾਣਾ ਚਾਹੀਦਾ। ਜਥੇਦਾਰ ਸਾਹਿਬ ਜਿਹੜੇ ਆ ਇਹ ਵੇਖੋ, ਭਾਵੇਂ ਧਿਆਨ ਸਿੰਘ ਮੰਡ ਸੀ, ਭਾਵੇਂ ਤਿੰਨ ਜਥੇਦਾਰ ਸੀ, ਇਹਨਾਂ ਨੇ ਕ੍ਰੈਡੀਬਿਲਟੀ ਇਹਨਾਂ ਦੀ ਕਿਸੇ ਹੋਰ ਨੇ ਲੂਜ਼ ਨਹੀਂ ਕੀਤੀ। ਇਹਨਾਂ ਨੇ ਵੀ ਆਪਣੀ ਆਪ ਕੀਤੀ ਆ। ਬਰਗਾੜੀ ਦੇ ਵਿੱਚ ਜੋ ਡਰਾਮਾ ਹੋਇਆ, ਉਸ ਡਰਾਮੇ ਤੋਂ ਬਾਅਦ ਹੀ ਸਿੱਖ ਸੰਗਤਾਂ ਦੀਆਂ ਇਹ ਨਜ਼ਰਾਂ 'ਚੋਂ ਜ਼ੀਰੋ ਹੋ ਚੁੱਕੇ ਅੱਜ ਪੰਥ ਸਮਾਜ ਦੇ ਵਿੱਚ, ਅਤੇ ਇਹਦਾ ਹੈਗਾ ਆ। ਹਰਦੀਪ ਸਿੰਘ ਜੀ ਕੁਛ ਕਹਿਣਾ ਚਾਹ ਰਹੇ ਤੁਸੀਂ ਮੇਰੇ ਇਸ ਵਾਰ? ਮੈਂ ਉਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਤੇ ਕਿਸੇ ਹੈ ਕਿ ਖੂੰਟੇ ਨਾਲ ਬੰਨਣ ਦੀ ਗੱਲ, ਜਿੱਦਾਂ ਭਾਈ ਰਣਜੀਤ ਸਿੰਘ ਕਹਿੰਦੇ, ਉਦੋਂ ਤਾਂ ਜਿਹੜੀ ਹੈਗੀ ਹੈ ਕਿ ਸਾਰੇ ਕਹਿੰਦੇ ਨੇ ਕਿ ਇਹੋ ਹੋਣਾ ਚਾਹੀਦਾ। ਹੁਣ ਮੈਂ ਗੱਲ ਕਹਾਂ ਕਿ ਇਹੋ ਭਾਈ ਦਾਦੂਵਾਲ ਹੋਰੀ, ਭਾਈ ਮੋਹਕਮ ਸਿੰਘ ਹੋਰੀ, ਦੂਸਰੇ ਸਾਰੇ ਜਿੰਨੇ ਆਪਣੇ ਹੈ ਨੇ ਭਾਈ ਮੰਡ ਹੋਰੀ, ਇਹਨਾਂ ਨੇ ਜਿਹੜਾ ਹੈਗਾ ਆਪ ਕਿਹਾ, ਉਦੋਂ ਕੀ ਉਦੋਂ ਵਿਰੋਧ ਨਹੀਂ ਸੀਗਾ ਉਹਨਾਂ ਦਾ? ਉਦੋਂ ਵੀ ਤਾਂ ਜੋ ਪ੍ਰੈਜ਼ੈਂਟ ਜਥੇਦਾਰ ਉਦੋਂ ਸੀ, ਇੱਕ ਇੰਡੀਵਿਜੁਅਲ ਦੀ ਗੱਲ ਹੈ ਨਾ, ਉਹਦਾ ਵਿਰੋਧ ਹੀ ਕੀਤਾ ਹੈਗਾ। ਸੋ ਗੱਲ ਕੀ ਹੈ, ਸਵਾਲ ਗੁਰੂ ਨੂੰ ਵੀ ਕੀਤਾ ਜਾ ਸਕਿਆ, ਲੇਕਿਨ ਜੇ ਕੋਈ ਅਸਲ ਸੀ ਸੁਹਿਰਦ ਆ, ਮੈਂ ਇੱਕ ਹੋਰ ਵੀ ਗੱਲ ਕਹਿੰਦਾ ਹੁੰਦਾ, ਉਹ ਇਹ ਹੈ ਕਿ ਸਾਰੇ ਅਸੀਂ ਸਿੱਖ ਹਾਂ ਗੁਰੂ ਦੇ, ਅਸੀਂ ਚਾਹੁੰਦੇ ਹਾਂ ਗੁਰੂ ਦੀ ਚੜ੍ਹਦੀ ਕਲਾ ਹੋਏ, ਅਸੀਂ ਸਾਰੇ ਜਿਹੜੇ ਹਾਂ ਬਿਲਕੁਲ ਭਿੱਜੇ ਹੋਏ ਹਾਂ ਉਸ ਗੱਲ ਨਾਲ, ਅਸੀਂ ਕੋਈ ਵੀ ਵਿਰੋਧੀ ਨਹੀਂ ਹੈ ਸਿੱਖੀ ਦੇ। ਦੂਜੇ ਪਾਸੇ ਇਸ ਹਾਲਾਤ ਇਹੋ ਜਿਹੇ ਹਾਲਾਤ ਪੈਦਾ ਕਰਕੇ ਅਸੀਂ ਸਾਰੇ ਹੀ ਕੌਮ ਦਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨੁਕਸਾਨ ਵੀ ਕਰਦੇ ਪਏ ਹਾਂ। ਜਦੋਂ ਸਟਰੈਂਥ ਦੀ ਗੱਲ ਕਹੀਏ ਉਦੋਂ ਇਸ ਤਰੀਕੇ ਨਾਲ ਸਟਰੈਂਥ ਘਟਦੀ ਹੈ, ਬਟ ਐਟ ਦਾ ਸੇਮ ਟਾਈਮ ਜਿਹੜੀ ਹੈਗੀ ਹੈ ਕਿ ਵਿਚਾਰ ਜਿਹੜੇ ਨੇ ਉਹ ਜ਼ਰੂਰ ਨਿਖਰ ਕੇ ਸਾਹਮਣੇ ਆਉਣੇ ਚਾਹੀਦੇ, ਜੋ ਗੁਰੂ ਗ੍ਰੰਥ ਸਾਹਿਬ ਆਈਡੀਓਲੋਜੀ ਦੇ ਅਨੁਸਾਰ। ਠੀਕ ਹੈ, ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਵਿਚਾਰ ਹੋਣੇ ਚਾਹੀਦੇ ਆ, ਚਰਚਾਵਾਂ ਹੋਣੀਆਂ ਚਾਹੀਦੀਆਂ, ਸਵਾਲ ਪੁੱਛਣੇ ਆ ਜਿਹੜੇ ਉਹ ਤੁਹਾਨੂੰ ਹੱਕ ਮਿਲਿਆ ਹੋਇਆ, ਸਿਧਾਂਤਕ ਤੌਰ 'ਤੇ ਵੀ ਤੁਹਾਨੂੰ ਹੱਕ ਹੈਗਾ, ਸਵਾਲ ਤੁਸੀਂ ਪੁੱਛ ਸਕਦੇ ਹੋ। ਉਹਨਾਂ ਸਵਾਲਾਂ ਦਾ ਨਿਬੇੜਾ ਕੌਣ ਕਿਵੇਂ ਕਰਦਾ ਹੈਗਾ, ਸਵਾਲ ਇਹ ਵੀ ਹੈਗਾ, ਪਰ ਸਵਾਲ ਇਹ ਹੈਗਾ ਕਿ ਹੁਣ ਜਥੇਦਾਰ ਸਾਹਿਬ ਦੀ ਕੌਣ ਕਿੰਨੀ ਮੰਨੇਗਾ। ਅਸੀਂ ਇਸੇ ਸਵਾਲ 'ਤੇ ਹੈ, ਜਥੇਦਾਰ ਸਾਹਿਬ ਦੀ ਕੌਣ ਕਿੰਨੀ ਮੰਨੇਗਾ, ਸਵਾਲ ਇਸ ਕਰਕੇ ਹੈ ਕਿਉਂਕਿ ਸਿਧਾਂਤਕ ਤੌਰ 'ਤੇ ਜਿਹੜਾ ਫਲਸਫਾ ਸਾਡੇ ਕੋਲ ਪਿਆ ਹੋਇਆ, ਉਸ ਫਲਸਫੇ ਦੇ ਆਧਾਰਿਤ ਜਥੇਦਾਰ ਸਾਹਿਬ ਕਿੰਨੀਆਂ ਚੀਜ਼ਾਂ ਅੱਗੇ ਵਧਾ ਸਕਦੇ ਆ, ਕਿਹੜੀ ਕਮੇਟੀ ਆ ਜਿਹੜੀ ਜਾਂ ਕਿਹੜੇ ਕੌਮ ਦਾ ਸਰਨਾਮਾ ਜਿਹੜਾ ਉਹ ਜਥੇਦਾਰ ਸਾਹਿਬ ਕੋਲ ਪਹੁੰਚੇਗਾ, ਜਾਂ ਜਿਹੜੀਆਂ ਧਿਰਾਂ ਆਪਸ ਵਿੱਚ ਨਾਰਾਜ਼ ਬੈਠੀਆਂ ਨੇ ਉਹਨਾਂ ਤੱਕ ਕਿਵੇਂ ਪਹੁੰਚਾਇਆ ਜਾਵੇਗਾ, ਸਵਾਲ ਇੱਥੇ ਆ ਕੇ ਰੁਕਦਾ। ਬ੍ਰੇਕ ਤੋਂ ਵਾਪਸ ਆ ਰਹੇ ਸਵਾਲ ਇੱਕ ਪੁੱਛ ਰਿਹਾ ਸੀ ਆਖਰੀ ਹਿੱਸੇ ਵਿੱਚ, ਢੱਡਰੀਆਂ ਵਾਲੇ ਦੇ ਸਵਾਲਾਂ 'ਤੇ ਜਥੇਦਾਰ ਵੱਲੋਂ ਦਿੱਤੇ ਜਵਾਬ ਵਿੱਚ ਕਿਹੜਾ ਸੁਨੇਹਾ ਲੁਕਿਆ ਹੋਇਆ? ਚੰਚਲ ਮਨੋਹਰ ਸਿੰਘ ਜੀ, ਇੱਕ ਗੱਲ ਤੁਸੀਂ ਬੜੇ ਸਪਸ਼ਟਤਾ ਨਾਲ ਸ਼ੁਰੂ ਵਿੱਚ ਹੀ ਕਹਿ ਦਿੱਤੀ ਸੀ ਕਿ ਮੈਂ ਢੱਡਰੀਆਂ ਵਾਲੇ ਦੀ ਸਪੋਰਟ ਵਿੱਚ ਨਹੀਂ ਖੜਾ ਹੋਇਆ। ਤੁਹਾਡੀ ਆਪਦੀ ਆਜ਼ਾਦੀ ਹੈ, ਤੁਹਾਡੇ ਆਪਦੇ ਵਿਚਾਰ ਹੈ। ਸਵਾਲ ਇਹ ਹੈਗਾ ਕਿ ਅਜਨਾਲਾ ਹਰਨ ਨੇ, ਅਮਰੀਕ ਸਿੰਘ ਅਜਨਾਲਾ ਹਰਨ ਨੇ, ਉਹਨਾਂ ਨੇ ਕਹਿਤਾ ਕਿ ਜਿਹੜੇ ਅਗਲੇ ਦੀਵਾਨ ਸੱਜਣੇ ਹੈਗੇ ਆ, ਮੈਂ ਉਹਨਾਂ ਦਾ ਵੀ ਵਿਰੋਧ ਕਰਨਾ ਹੈਗਾ। ਅਗਲੇ ਦੀਵਾਨ ਚਾਹੇ ਮਾਨਸਾ ਵਿੱਚ ਹੋਣ ਜਾਂ ਕਿਤੇ ਵੀ ਹੋਣ, ਉੱਥੇ ਹੀ ਵਿਰੋਧ ਹੋਵੇਗਾ। ਇਹ ਟਕਰਾਅ ਵਾਲੀ ਸੀ ਤਾਂ ਫਿਰ ਨਹੀਂ ਟਾਲੀ ਜਾ ਰਹੀ ਨਾ, ਇਹਦਾ ਮਤਲਬ ਤਾਂ ਇਹੀ ਹੋਇਆ? ਦੇਖੋ, ਇੱਕ ਸੰਤ ਥੋੜ੍ਹੀ ਹੈਗਾ, ਅਣਗਿਣਤ ਸੰਤ ਹੈ ਪੰਜਾਬ 'ਚ, ਮਤਲਬ ਕੋਈ ਸੁਪਾਰੀ ਦੇ ਰਿਹਾ, ਕੋਈ ਲਾਚੀ ਦਿੰਦਾ, ਕੋਈ ਮਿਸ਼ਰੀ ਦਿੰਦਾ, ਕੋਈ ਮਤਲਬ ਕੋਈ ਸੇਬ ਦਿੰਦਾ, ਕੋਈ ਫਲ ਦਿੰਦਾ। ਤੋ ਸੰਤਾਂ ਨੇ ਅਤੇ ਸਾਰਿਆਂ ਨੇ ਸਮੁੱਚੇ ਰੂਪ ਵਿੱਚ ਸਿੱਖ ਕੌਮ ਦੀ ਜਿਹੜੀ ਸ਼ਬਦ ਵਿੱਚ ਵਿਸ਼ਵਾਸ ਹੈ ਉਸਨੂੰ ਠੇਸ ਪਹੁੰਚਾਈ ਹੈ ਅਤੇ ਪਹੁੰਚਾਉਂਦੇ ਆ ਰਹੇ ਨੇ। ਲੋਕ ਸ਼ਬਦ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹ ਕਹਿੰਦੇ ਸੰਤਾਂ ਨੇ ਦੇ ਦਿੱਤੀ ਨਾ ਪੁੜੀ ਜੀ, ਘਰੇ ਲੈ ਕੇ ਕੰਨ 'ਚ ਕੁਝ ਕਹਿ ਦਿੱਤਾ, ਇਹਦੇ ਨਾਲ ਸਾਡੇ ਸਾਰੇ ਜਿਹੜੇ ਕਾਰਜ ਰਾਸ ਹੋ ਜਾਣੇ। ਇਸ ਲਈ ਸੰਤ ਨੂੰ ਕਿਵੇਂ ਡੀਲ ਕਰਨਾ, ਕਿਉਂਕਿ SGPC ਦੀ ਪ੍ਰਧਾਨ ਵੀ ਇੱਕ ਔਰਤ ਰਹੀ ਹੈ ਜਿਹੜੀ ਡੇਰਾ ਚਲਾਉਂਦੀ ਹੈ ਬੀਬੀ। ਸੋ ਸਾਨੂੰ ਹੁਣ ਸਵਾਲ ਸਿੱਖ ਕੌਮ ਲਈ ਸਵਾਲ ਤਾਂ ਹੈ ਕਿ ਬਹੁਤੀ ਫਾਲਵਿੰਗ ਡੇਰਿਆਂ 'ਚ ਵੜ ਗਈ ਹੈ, ਕਿਉਂਕਿ ਗੇੜਿਆਂ ਕੋਲ ਸ਼ਾਰਟ ਕੱਟ ਹੈ, ਤੁਹਾਡਾ ਜਲਦੀ ਹੱਲ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਜਾਂ ਗੁਰੂ ਗ੍ਰੰਥ ਸਾਹਿਬ ਜਿੱਥੇ ਪਾਠ ਹੁੰਦਾ ਹੈ, ਹਰਿਮੰਦਰ ਸਾਹਿਬ ਜਾਂ ਹੋਰ ਥਾਵਾਂ ਜਾਂ ਉਹਨਾਂ ਵਿੱਚ
कोई ये वो जहा है नहीं। तो सारा डेराबाद की लड़ाई लगती है, डेराबाद की भी लड़ाई है, थोड़ी जी ईगो की भी लड़ाई है। अकाल तख्त के जथेदार ए लगता है भी मैं जथेदार हाँ, मेरी कोई गल नहीं मनता। अकाल तख्त के जथेदार ये पता होना चाहिए भी तैनू एक्टिंग लेनी नहीं चाहिए, जा मैं हैगा अकाल तख्त का जथेदार तो ना मैं क्यों, मेरी रीढ़ की हड्डी कमजोर है भी मैं एक्टिंग लई उन्हें लैनी नहीं चाहिए अकाल तख्त साहब के जथेदार। एक्टिंग का की मतलब होया हूँ, वो एक्टिंग लेन गए तो पक्का होने ल यह जिहड़ियां कमेटियां बना रहे जिन्हां वाद विवाद हो रहा है ये सारा कुछ होएगा। जथेदार साहब को अपनी हस्ती हैगी है पर आजाद नहीं हैगी। जब तुसी आजाद ही नहीं है तो पिछों कोई गाइड कर रहा है, कोई आके सलाह दिंदा है, फिर तुसी जिहड़े फैसले लोगे उहदे ते लोग एग्री नहीं करनगे, किंतु परंतु नहीं करनगे। ठीक है ठीक है। डॉक्टर खुशहाल सिंह जिहड़ी चंचल मनोहर सिंह दी गल कह रहे हैं कि जथेदार साहब आप फैसले लैन लिए आज़ाद नहीं है तो जिहड़ी जिहड़े तरीके उन्होंने अज गल की हैगी उस तरीके लगता पे वो निम्रता दिखा रहे हैं। सानू मिल बैठ के गल करनी चाहिए, सानू कितने तो विश्वास करना पवेगा ना, अविश्वासी तो बेविश्वासी तो हो नहीं सकती ना, फिर हर हर जगह अभी बेविश्वासी लैके खड़े रहिए। बिल्कुल, जथेदार साहब कोई थानेदार नहीं है। हाँ, जथेदार साहब सिर्फ बुलारे आ सिख पंथ दे, ते थानेदार तो फिर अजनाला ग्रुप भी नहीं है। नहीं कोई नहीं है, मैं कहना थानेदार तो फिर टडरिया वाले भी नहीं है। बिल्कुल नहीं, मैं कहना भी ये सिर्फ जो गुरु पंथ ने फैसला करना है सिर्फ जथेदार साहब ने अनाउंस करना है। गल है कि जेडी भी गल कहंदे पे आदे मुंह एडवाइजरी ने फैसला करना, बिल्कुल एडवाइजरी कमेटी जेडी बनाउनी है वो निरपक्षता नाल बनाउनी है, वो पक्षपाती नहीं होनी चाहिए। वो किवें बनूगी, मेरा सवाल फिर वही है, वो पंथक जथेबंदियां दे नाल समूहिक सलाह मशवरे तो बनेगी। ये जेडी पहला पंज मैंबरी मैंबरी जथेबंदी बनाई है वो एक अपने दफ्तर च बैठ के कुछ बंदियां दे सलाह नाल बना ली है, ये पंथ नूं भरोसे च लैके नहीं बनाई, इस करके प्रॉब्लम आ रही है। जे पंथ दे भरोसे वाली जथेबंदी बनाई होंदी कमेटी तो ढड्डरियां वाले ने उहदे अगे पेश हो जाना सीगा, जां सिस्टम हुंदा। हुण जिहड़े दूसरे मसले है उन्हां नूं पिछे छड्ड के नहीं, जिहड़ियां तुहाडे वर्गियां धिरां हैगियां, तुहाडे वर्गियां संस्थावां हैगियां जिहड़ी तुसीं कहिंदे हो बड़ी पुरानी संस्था साडी, तुहाडे वर्गियां संस्थावां दे नुमाइंदे कोई इहो ही तजवीज़ लै के नहीं जा सकदे दोनों धिरां कोले? कल साडे कोल आ रहे ने जथेदार साहिब, इत्थे चंडीगढ़ च प्रोग्राम है, असीं उहनां नूं इही कहण वास्ते इही मैसेज देण वास्ते बुलाया है। पता नहीं उह किन्ने मनदे, क्योंकि इतिहास नूं ही भुल्लिया जा सकदा, पिछे जो इतिहास है जथेदारां दा उह कोई बहुत वधिया नहीं रहा। वह जो पिछले 50-60 साल का इतिहास है वह इतिहास एक जी धिर सत्ताधारी धिर होंगी है वो हक च भुगते जथेदारों का, इस करके सू खतरा जरदीप सिंह जी ठीक है, इतिहास तो सू सीखना चाहिए पर असी एक इतिहास नवा भी सीख सकते हैं ना। हो सकता कि जथेदार साहब उन्होंने गलों तैयार हो जाए जिन्होंने गलों लिए पेल नहीं तैयार होंगे रहे। नहीं, ऐसी संभावनावां नहीं है। हाँ। मैं तो यह कहना कि जे कौम दे च बहुत दुविधावां ने। हाँ। जिदां तुसीं पहले कमेटी की गल की है ना, पांच मैंबरी कमेटी। हाँ। श्री अकाल तख्त साहिब की अडवाइजरीज जिहड़ियां ने वो दो बार बन चुकी हैं, 100-100 मैंबरस दियां, उन्हां दी एक भी मीटिंग नहीं कदे हुई। 100-100 मैंबरस दियां तकरीबन दो बार अडवाइजरीज का तो मैनू पिछले दो दहाकियां दे विच दा पता है, और उन्हां दी एक भी मीटिंग नहीं कदे उन्हां दी राय नहीं हुई। उन्हां विच भी जिहड़े ने एक पासड़ी आ प्रो अकाली या प्रो SGPC उही सज्जन सी, बाकियां नूं परे कित्ते रख्या गया। मैं कहना कि दुविधावां दा हल निकल सकदा है, कढ़ना चाहीदा है। उहदा यह है कि जितनियां भी इशूज़ दे उत्ते दुफरका है, दो रायां ने कॉन्ट्रोवर्सी कह सकदे हां आपां, उहनां नूं लिस्ट अप कीता जावे। उह जथेदार होरी भाई हरप्रीत सिंह होरी श्री श्रोमणी कमेटी धर्म प्रचार कमेटी रैकोगनाइज करे सारिया धिर संसार पद्धर से सिख धिर, यह नहीं कि चार अपना असी चार संस्थावान बुला लिता उन्होंने राय लै लीते तो फैसले लै लिते, नानक शाही कैलेंडर है दोवे ने सारी कौम ने मान लिता दोवान बुला लिता तो रद्द करता, ये नहीं सारिया धिर नहीं है कि जे पिछे पिछे तुरते हो कले उ जेडे डायसेंट व्यू जिन्हों का है उन्होंने भी बुलाओ कट्ठे होकर वो सारिया जिन्या इशूज ने जो कोई श्रद्धांजलि समागम होंगे जो शहीदी समागम होंगे जो किसी जी घटनावां वापरियां जो 1984 हिरदे वलूंधरे गए उदो कट्ठे होंगे वो तो कृपाना निकल जांदियां, तेरां कट्ठियां किवें होणगियां ते इस तरीके की हो रहा जी? ये भी कोई ला इस एक ये भी कोई टाइम नहीं है, हाल दसो ना वो तो उसका नहीं है जो यहो जी चीजें जेडी जेडी उन्होंने अपना जोर दिखाना है जिहड़ा श्री अकाल तख्त साहिब दा जिहड़ा आपां सत्कार दिखाउणा है उत्थे टेस्ट कर लो ना कि तुहाडे कोल सारे बैठदे ने नहीं बैठदे, या उत्थे देखो की हैगा ये चीज़ दा तो सामने ही है कि श्री अकाल तख्त साहिब तो एक जिहड़ा रहत मर्यादा जिहड़ी दे दित्ती गई
ਤੇ ਨਹੀਂ ਮੰਨਣ ਵਾਲਿਆਂ ਨੇ ਨਹੀਂ ਮੰਨੀ, ਕੁਛ ਲੋਕਾਂ ਨੇ ਜਿਹੜੀ ਹੁਣ ਜੇ ਪਹਿਲਾਂ ਇਸ ਤਰੀਕੇ ਇੱਕ ਜੋ ਹੈ ਸੰਪਰਦਾਵਾਂ ਹੋਰ ਹਿਸਾਬ ਨਾਲ ਚੱਲਦੀਆਂ ਨਹੀਂ ਮੰਨਦੇ ਉਹ ਨਾਲ ਬਹਿੰਦੇ ਆ, ਨਹੀਂ ਉਹ ਕੋਲੇ ਬਹਿੰਦੇ ਹੈ ਹੀ ਨਾ। ਹੁਣ ਦੋ ਤਰ੍ਹਾਂ ਹੋ ਗਈਆਂ ਕਿ ਹੁਣ ਜਦੋਂ ਉਹਨਾਂ ਨੇ ਲੰਬੇ ਦਹਾਕਿਆਂ ਬੱਧੀ ਉਸ ਚੀਜ਼ ਨੂੰ ਨਹੀਂ ਮੰਨਿਆ ਤੇ ਹੁਣ ਹੋਰ ਲੋਕਾਂ ਨੇ ਉਸ ਦਾਇਰੇ ਤੋਂ ਬਾਹਰ ਦੀ ਗੱਲ ਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰੀਕੇ ਨਾਲ ਦੋ ਧਿਰਾਂ, ਮੈਂ ਇੱਥੇ ਇੱਕ ਕਹਿਣੀ ਚਾਹਾਂਗਾ ਕਿ ਦੋ ਧਿਰਾਂ ਨਹੀਂ ਹਨ, ਤਿੰਨ ਧਿਰਾਂ ਨੇ। ਤਿੰਨ ਧਿਰਾਂ ਕਿਹੜੀਆਂ ਕਿਹੜੀਆਂ? ਇੱਕ ਧਿਰ ਹੈਗੀ ਹੈ ਜਿਹੜੀ ਹੁਣ ਦੇਖੋ ਕੀ ਹੈਗੀ ਹੈ, ਇੱਕ ਧਿਰ ਹੈਗੀ ਹੈ ਕਹਿੰਦੀ ਹੈ ਕਿ ਰਾਗਮਾਲਾ ਨਹੀਂ ਹੈ, ਇੱਕ ਧਿਰ ਕਹਿੰਦੀ ਰਾਗਮਾਲਾ ਹੈ, ਤੇ ਇੱਕ ਧਿਰ ਉਹ ਹੈ ਜਿਹੜੀ ਕਹਿੰਦੀ ਭਾਈ ਹੈ ਜਾਂ ਨਹੀਂ ਹੈ, ਇਸ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਨਹੀਂ ਗਾ ਛਪ ਸਕਦਾ, ਪ੍ਰਿੰਟ ਨਹੀਂ ਹੋਏਗਾ, ਤੇ ਇਸ ਜਿਹਨੇ ਪੜ੍ਹਨੀ ਹੈ ਤੇ ਪੜ੍ਹੋ, ਜਿਹਨੇ ਨਹੀਂ ਇਹ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ, ਉਹ ਕਹਿੰਦੀ ਇਸ ਤਰ੍ਹਾਂ ਦੇ ਫੈਸਲੇ ਨੇ। ਸੋ ਅੱਜ ਵੀ ਜਿਹੜੀ ਹੈ ਬਹੁਤ ਸਾਰਿਆਂ ਨੂੰ ਪਤਾ ਕਿ ਇਤਿਹਾਸ ਵਿੱਚ ਬੜੀਆਂ ਖਾਮੀਆਂ ਨੇ, ਬਹੁਤ ਪ੍ਰਚਾਰਕ ਆਪ ਹੀ ਦੱਸਦੇ ਨੇ ਕਿ ਉਹ ਨਹੀਂ ਉਹਨਾਂ ਚੀਜ਼ਾਂ ਨੂੰ ਉਭਾਰਦੇ, ਕੁਛ ਕੁ ਨੇ ਜਿਹਨਾਂ ਉਭਾਰਿਆ ਤੇ ਉਹਦੇ ਉੱਤੇ ਕੰਟਰੋਵਰਸੀ ਹੁੰਦੀ ਹੈ, ਕੋਈ ਨਾ ਕੋਈ ਸਾਨੂੰ ਮਿਡਲ ਵੇ ਕੱਢਣਾ ਪਏਗਾ, ਵੇ ਆਊਟ ਕੱਢਣਾ ਪਏਗਾ, ਪਰ ਕਲੈਰਿਟੀ ਲੌਂਗ ਟਰਮ ਦੇ ਵਿੱਚ ਗੁਰਮਤਿ ਸਿਧਾਂਤ ਦੇ ਅਨੁਸਾਰ ਹੀ ਆਉਣੀ ਚਾਹੀਦੀ ਹੈ, ਇਹ ਸਾਡਾ ਟੀਚਾ ਹੋਣਾ ਚਾਹੀਦਾ। ਗੁਰਤੇਜ ਸਿੰਘ ਜੀ, ਲਾਸਟ ਪੁਆਇੰਟ ਤੁਹਾਡਾ ਚਾਹੀਦਾ ਹੈ। ਤੁਸੀਂ ਸ਼ੁਰੂ ਤੋਂ ਇੱਕ ਸਵਾਲ ਖੜਾ ਕੀਤਾ ਸੀ ਸਿਆਸਤ ਵਾਲਾ, ਇਹਨਾਂ ਨੇ ਕਿਹਾ ਦੋ ਧਿਰਾਂ ਨਹੀਂ ਹੈਗੀਆਂ, ਤਿੰਨ ਧਿਰਾਂ। ਮੇਰਾ ਸਵਾਲ ਹੈ ਜੇ ਇਹ ਤਿੰਨ ਧਿਰਾਂ ਵਾਲੀ ਤੁਸੀਂ ਇਹਨਾਂ ਦੀ ਗੱਲ ਮੰਨ ਕੇ ਅੱਗੇ ਤੁਰਦੇ ਹੋ, ਤਿੰਨ ਧਿਰਾਂ ਦੇ ਪਿੱਛੇ ਕੋਈ ਧਿਰਤਾ ਨਹੀਂ ਹੈਗੀ? ਤਿੰਨ ਧਿਰਾਂ ਜਿਹੜੀਆਂ ਹੈਗੀਆਂ ਨਾ, ਜਿਹੜੀ ਇਹਨਾਂ ਨੇ ਧਿਰ ਕਹੀ ਹੈ ਤੀਸਰੀ, ਮੈਂ ਕਹਿੰਦਾ ਕਿ ਤੀਸਰੀ ਧਿਰ ਅਸੀਂ ਲੋਕ ਹਾਂ, ਆਮ ਲੋਕ। ਜਦੋਂ ਇੱਕ ਜੋਗੀਆਂ ਦਾ ਭੇੜ ਹੁੰਦਾ ਹੈ ਤੇ ਖਪਰਾਂ ਦੇ ਘਾਣ ਹੁੰਦਾ ਹੈ, ਅਸੀਂ ਲੋਕ ਮਰ ਰਹੇ ਹਾਂ। ਸਾਨੂੰ ਲੋਕਾਂ ਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਸਾਡੇ ਪ੍ਰਚਾਰਕ ਆਪਸ ਦੇ ਵਿੱਚ ਲੜੀ ਜਾਂਦੇ, ਖਾਮ ਖਾ ਦਾ ਕੰਟਰੋਵਰਸੀ ਫੈਲਾ ਕੇ ਲੋਕ ਸਾਡਾ ਸਾਡੀ ਹੇਠੀ ਕਰੀ ਜਾਂਦੇ ਆ, ਔਰ ਜਿਹੜੇ ਦੁਸ਼ਮਣ ਹੈਗੇ ਇਸ ਦਾ ਪੂਰਾ ਲਾਭ ਉਠਾ ਕੇ ਸਿੱਖ ਕਦਰਾਂ ਕੀਮਤਾਂ ਨੂੰ ਲਗਾਤਾਰ ਹੇਠੀ ਕਰ ਰਹੇ ਆ, ਉਹਨਾਂ ਨੂੰ ਖਤਮ ਕਰ ਰਹੇ ਆ, ਔਰ ਜਿਸ ਦਾ ਨਤੀਜਾ ਇਹ ਹੈ ਕਿ ਸਿੱਖੀ ਦਾ ਪ੍ਰਚਾਰ ਪੰਜਾਬ ਦੇ ਵਿੱਚੋਂ ਖਤਮ ਹੋ ਰਿਹਾ। ਇਹ ਸਾਰੀ ਦੁਸ਼ਮਣ ਦੀ ਚਾਲ ਹੈ, ਦੁਸ਼ਮਣ ਦੀ ਚਾਲ ਦੇ ਵਿੱਚ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਜਿਹੜੀ ਧਿਰ ਉਹਨਾਂ ਨੂੰ ਢੱਡੀਆਂ ਵਾਲੇ ਦੇ ਬਰਖਿਲਾਫ ਹੈ, ਉਹ ਦੁਸ਼ਮਣ ਦੇ ਪ੍ਰਚਾਰ ਦੇ ਵਿੱਚ ਮੋਹਰੀ ਹੈ, ਔਰ ਉਹ ਉਹਨਾਂ ਦਾ ਪ੍ਰਚਾਰ ਇੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ। ਤੁਸੀਂ ਮੈਨੂੰ ਥੋੜ੍ਹੀ ਇੱਕ ਚੀਜ਼ ਦੱਸ ਸਕਦੇ ਹੋ, ਤੁਸੀਂ ਇਹ ਮੰਨਦੇ ਹੋ ਕਿ ਢੱਡੀਆਂ ਵਾਲਾ ਤੋਂ ਵੀ ਗਲਤੀਆਂ ਹੋ ਰਹੀਆਂ ਨੇ ਅਤੇ ਦੂਜੀਆਂ ਧਿਰਾਂ ਤੋਂ ਵੀ ਗਲਤੀਆਂ ਹੋ ਰਹੀਆਂ? ਦੇਖੋ ਢੱਡੀਆਂ ਗਲਤੀਆਂ ਕਰ ਰਹੇ, ਮੈਂ ਕਹਿੰਦਾ ਕਿ ਢੱਡੀਆਂ ਵਾਲੇ ਦਾ ਜਿਹੜਾ ਪ੍ਰਚਾਰ ਹੈ ਉਹ 80% ਤੋਂ ਵੀ ਵੱਧ ਠੀਕ ਹੈ, ਲੇਕਿਨ ਗੱਲ ਇਹ ਹੈਗੀ ਕਿ ਉਹਨਾਂ ਨੇ ਵੀ ਆਪਣੀ ਢੱਡੀਆਂ ਵਾਲੇ ਨੇ ਵੀ ਆਪਣੀ ਜਿਹੜੇ ਇੱਕ ਟੈਕਸਟ ਹਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਅਨਾਲਿਸਿਸ ਨਹੀਂ ਕੀਤਾ, ਨਾ ਹੀ ਉਹ ਕਰਨ ਦੇ ਕਾਬਲ ਹਨਗੇ, ਨਾ ਹੀ ਇਹ ਜਿਹੜੇ ਕਰ ਰਹੇ ਨੇ ਇਹ ਇਹਨਾਂ ਇਸ ਦਾ ਹਿਸਟੋਰੀਓਗ੍ਰਾਫੀਕਲ ਅਨਾਲਿਸਿਸ ਹੋਣਾ ਚਾਹੀਦਾ। ਭਾਈ ਸੰਤੋਖ ਸਿੰਘ ਨੇ ਆਹ ਗੱਲ ਕਹੀ ਤਾਂ ਕਿਉਂ ਕਹੀ, ਕਿਸ ਤਰ੍ਹਾਂ ਕਹੀ, ਇਹ ਗੱਲ ਕਿੱਥੋਂ ਤੱਕ ਤੌਰ 'ਤੇ ਸੰਵਾਦ ਦੇ ਵਿੱਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਕਾਮਯਾਬ ਹੋ ਜਾਣਗੇ ਜੇ ਸੰਵਾਦ ਹੁੰਦਾ ਤਾਂ? ਹਾਂ ਬਿਲਕੁਲ, ਦੇਖੋ ਇਹ ਸਾਨੂੰ ਨਹੀਂ, ਸਾਨੂੰ ਕੋਈ ਪਰਵਾਹ ਨਹੀਂ ਕੌਣ ਸਹੀ ਹੈ ਕੌਣ ਨਹੀਂ, ਅਸੀਂ ਤਾਂ ਕਹਿੰਦੇ ਹਾਂ ਗੁਰਮਤਿ ਦੀ ਕਸਵੱਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਨੁਸਾਰ, ਗੁਰੂ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਉਹਨਾਂ ਉਹ ਜਿਹੜਾ ਹੋਏਗਾ ਅਸੀਂ ਉਸ ਨੂੰ ਪ੍ਰਵਾਨ ਕਰਾਂਗੇ, ਦੂਸਰੇ ਨੂੰ ਅਸੀਂ ਪ੍ਰਵਾਨ ਨਹੀਂ ਕਰਾਂਗੇ। ਲਾਸਟ ਤੁਹਾਡੇ ਮੈਂ ਚਰਚਾ ਸਮਾਪਤ ਕਰਨੀ ਆ, ਜਹੇਦਾ ਦੀ ਕੌਣ ਕਿੰਨੀ ਮੰਨੇਗਾ? ਮੈਂ ਸਵਾਲ ਕੀਤਾ ਸੀਗਾ, ਪਰ ਮੇਰਾ ਸਵਾਲ ਅਖੀਰ ਦੇ ਵਿੱਚ ਇਹ ਹੈ ਕਿ ਜਹੇਦਾ ਸਾਹਿਬ ਨੇ ਕਿਹੜਾ ਸੁਨੇਹਾ ਦਿੱਤਾ? ਮਿਲ ਬੈਠ ਕੇ ਜਿਹੜੇ ਉਹਨਾਂ ਨੇ ਗੱਲ ਕੀਤੀ, ਮਿਲ ਬੈਠ ਕੇ ਮਸਲਾ ਹੱਲ ਹੋ ਸਕਦਾ, ਉਸ ਸੁਨੇਹੇ ਵਿੱਚ ਹਕੀਕਤ ਤੌਰ 'ਤੇ ਕੁਛ ਹੈ ਜਾਂ ਨਹੀਂ? ਦੇਖੋ, ਜਿਹੜਾ ਪਹਿਲਾ ਪ੍ਰੋਸੀਜਰ ਉਹਨਾਂ ਨੇ ਦਿੱਤਾ ਉਹ ਉਹਨਾਂ ਨੇ ਰਿਜੈਕਟ ਕਰਤਾ, ਵੀ ਮੈਂ ਇਸ 5 ਮੈਂਬਰੀ ਕਮੇਟੀ ਦੇ ਕੋਲ ਨਹੀਂ ਆਉਂਦਾ, ਉਹਦੇ ਪ੍ਰਤੀ ਉਹਨਾਂ ਦੇ ਆਪਣੇ ਇਤਰਾਜ਼ ਹਨ। ਤੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਆਪਣੀ ਕੋਈ ਇਹੋ ਜਿਹੀ ਨਹੀਂ ਰੱਖਣੀ ਚਾਹੀਦੀ, ਉਹਨਾਂ ਨੂੰ ਕਹਿਣਾ ਚਾਹੀਦਾ ਵੀ ਆਓ ਜੀ ਤੁਸੀਂ ਮੇਰੇ ਨਾਲ ਆ ਜਾਓ, ਮੈਨੂੰ ਆ ਕੇ ਮਿਲੋ, ਆਪਾਂ ਇਹ ਕਮੇਟੀ ਛੱਡ ਦਿੰਦੇ ਹਾਂ, ਕੋਈ ਇਹਦੇ 'ਤੇ ਕੋਈ ਗੱਲ ਹੋਰ ਕਹੀ ਹੈ? ਜਜਾ ਸਾਹਿਬ ਨੇ ਗੱਲ ਕਹੀ ਹੈ ਜਿਹੜੀ ਧਿਰ ਵਿਰੋਧ ਕਰਦੀ ਪਈ ਹੈਗੀ ਹੈ, ਤੁਸੀਂ ਉਹਨਾਂ ਦੇ ਨੁਮਾਇੰਦਿਆਂ ਨਾਲ ਮਿਲ ਲਓ, ਉਹਨਾਂ ਨਾਲ ਗੱਲ ਕਰ ਲਓ। ਗੱਲ ਤਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਹੈ, ਅਕਾਲ ਤਖਤ ਦੀ ਸਰਵ ਉੱਚਤਾ ਦੀ ਹੈ ਨਾ, ਅਕਾਲ ਤਖਤ 'ਤੇ ਆਉਣਾ ਚਾਹੀਦਾ, ਉਹਨਾਂ ਨੂੰ ਆ ਕੇ ਮਿਲ ਲੈਣਾ ਚਾਹੀਦਾ, ਪਰ 5 ਮੈਂਬਰੀ ਕਮੇਟੀ ਜੇ ਉਹਨਾਂ ਨੂੰ ਪਸੰਦ ਨਹੀਂ, ਉਹਨਾਂ ਨੂੰ ਸ਼ੱਕ ਹੈ ਕਿ ਵੀ ਉਹ ਬੰਦੇ ਉਹਨਾਂ ਦੇ ਵਿਰੁੱਧ ਬਾਹਰ ਬੋਲੀ ਜਾ ਰਹੇ ਨੇ ਔਰ ਪ੍ਰਚਾਰ ਕਰ ਰਹੇ ਨੇ ਅਤੇ ਉਹ ਉਹਨਾਂ ਤੱਕ ਪਹੁੰਚਦਾ ਪ੍ਰਚਾਰ, ਅਤੇ ਫਿਰ ਇਹੋ ਜਿਹੀ ਕਮੇਟੀ ਅੱਗੇ ਅਤੇ ਫਿਰ ਬਦਲ ਦੇਣੀ ਚਾਹੀਦੀ ਹੈ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਪੂਰਾ ਹੱਕ ਹੈ
भी कमेटी किदां दी बनानी है। इत्थे विद्वानां ने सुझा दिते ने भी सिख कौम दे प्रतिनिधता करदे ने अपने अपने खेतर इना ए भी उन्हां नूं देखना चाहीदा भी कित्थों कित्थों लोग आणे केड़े केड़े विद्वान पाणे। दो वारी हुणे रीसेंट इतिहास दे विच इस तरह हो चुके है कि लोग जाके उत्थे अकाल तख्त दे उत्ते बैठे रहे, जथेदार ने कोई गल नहीं कीती उन्हां दे नाल। एक एक टोली दे विच मैं भी सां, असीं बैठे रहे सारा दिन उत्थे भी गल करो। जे थानू लगता है भी फलाने आदमी गलत किताबां लिख रहा है तो वह कहिंदा भी इन्हां दे विच तुसीं सोध कर लो, तुसीं इस गल दे उत्ते क्यों नहीं आउंदे। डुबी तां जे सह ना आया, जे उन्हां दे उत्ते यकीन होवे कि ये लोग गल सुनगे और निरपक्ष होकर सुनगे तो सारी दुनिया गल करने तैयार है। कोई धिर विच पै जावे जिहड़ा मिडल वे तुसीं कह रहे हो, कोई धिर विच पै जावे फिर गलबात करवा सकदे। बेहतर यही है भी पंज मैंबरां दी कमेटी ओह बना देण, आपस कमेटियां मिल। चलो चलो ठीक है, बहुत बहुत धन्यवाद। पब्लिक करनियां चाहीदियां। ठीक है, बहुत धन्यवाद गुरतेज सिंह तुहाडा, हरदीप सिंह तुहाडा, चंचल मनोहर सिंह तुहाडा, बहुत धन्यवाद डॉक्टर खुशहाल सिंह तुहाडा, बहुत धन्यवाद। असीं चर्चा की है, ये मंच वार वार ये कह रहा है कि असीं चाहुंदे आ कि कौम दे विच सुधिरता साझीवालता बनी रहे, एकता बनिया रहे, इस करके चर्चा की है। इस मसले पर सियासत भी होने लग पी है, सियासी बयानबाजियां भी आ गई, उन्होंने असी इस करके नहीं सद्या क्योंकि उन्होंने इस मसले को पोलिटिसाइज़ करना। हालांकि इस मसले में पॉलिटिक्स हो सकती है, जिवें इन्होंने जिहड़े साडे पैनलिस्ट बैठे उन्होंने इशारा भी किया है, पर सवाल यह है जे सियासत तो पासे रख के इस मसले को निजटना है तो सुधिरता नाल सोचना पवेगा, संवाद करना पवेगा। असी तो SDPC दे उन्होंने नुमाइंदियां नूं भी सदन की कोशिश की सी जिहड़े इस चर्चा में हिस्सा लै सकन, पर पता नहीं वह भी संवाद तो पासे क्यों ने। असी चाहते हैं संवाद होवे, संवाद नाल रस्ता निकल सकता है, विवाद का हल हो सकता है। जिहड़े इस पैनल ने सुझाव दिते हैगे आ उह सुझाव मेरे हिसाब नाल जां साडे इस पैनल दे हिसाब नाल जथेदार साहब कोले पहुँचदे जरूर हो जाएंगे, तो कोशिश करांगे कि जथेदार साहब भी ये चर्चा जरूर सुन, क्योंकि संवाद वालों पहल तो उन्होंने करनी हैगी है। जे वह चाहते हैं कि श्री अकाल तख्त साहब की सर्वोच्चता इस तरह बरकरार रहे तो फिर संवाद होना चाहिए, तो वह सुनेहा की देंगे सानू, जिहड़े उन्होंने बयान विचों सुनेहा नज़र आ रहा उस संवाद वाला घट नज़र आया, माफ़ करना, बहुत धन्यवाद।